ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਜੀ ਹਾਂ ਆਖਦੇ ਹਾਂ। ਹਫ਼ਤਾਵਾਰੀ ਪ੍ਰੋਗਰਾਮ ਲੈ ਕੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਕਾਰ ਸੇਵਾ ਦਾ ਜੋ ਇਹ ਪ੍ਰੋਗਰਾਮ ਹੈ, ਆਪ ਦੀ ਸੇਵਾ 'ਚ ਲੈ ਕੇ ਹਾਜ਼ਰ ਹੋਏ ਹਾਂ। ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਜਸਮੇਲ ਸਿੰਘ ਜੀ ਹੋਤੀ ਸਾਹਿਬ ਅਤੇ ਭੈਣ ਸੁਖਜਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਸਮਾਂ ਕੱਢ ਕੇ ਅੱਜ ਸੰਗਤਾਂ ਦੇ ਨਾਲ ਇਸ ਪ੍ਰੋਗਰਾਮ 'ਚ ਰੂਬਰੂ ਹੋ ਰਹੇ ਹੋ, ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੇ ਸਾਧ ਜੀ, ਜਿਸ ਤਰ੍ਹਾਂ ਪਲੀ ਪ੍ਰਕਾਰ ਜਾਣਦੇ ਹੋ ਕਿ ਗੁਰੂ ਨਾਨਕ ਦੇ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਉਤਸਵ 12 ਨਵੰਬਰ 2019 ਨੂੰ ਆ ਰਿਹਾ ਹੈ। ਉਸ ਵਿੱਚ ਬਹੁਤ ਕੁਛ ਤਿਆਰੀਆਂ ਚੱਲ ਰਹੀਆਂ ਹਨ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਦਾ ਸਦਕਾ ਮਹਾਰਾਜ ਦੇ ਪਵਿੱਤਰ ਸਥਾਨਾਂ 'ਤੇ ਕਾਰ ਸੇਵਾ ਵੀ ਚੱਲ ਰਹੀਆਂ ਹਨ, ਜਿਸ ਦੀ ਅਪਡੇਟ ਲੈ ਕੇ ਆਪ ਜੀ ਵਾਸਤੇ ਆਏ ਹਾਂ। ਜਿਸ ਦੇ ਵਿੱਚ 3 ਕਾਰ ਸੇਵਾ ਦੀ ਗੱਲ ਆਪਾਂ ਅੱਜ ਕਰਨੀ ਹੈ। ਸੁਲਤਾਨਪੁਰ ਲੋਧੀ ਮੂਲ ਮੰਤਰ ਸਥਾਨ, ਜੋ ਕਿ ਆਪ ਜੀ ਨੇ ਪਿਛਲੇ ਪ੍ਰੋਗਰਾਮ ਵਿੱਚ ਵੀ ਦੇਖਿਆ ਹੈ, ਉਸ ਦੀ ਅਪਡੇਟ ਕਿੱਥੇ ਤੱਕ ਕੰਮ ਚੱਲ ਗਿਆ ਹੈ। ਬਿਹਾਰ ਵਿੱਚ ਰਾਜਗੀਰ ਗੁਰੂ ਨਾਨਕ ਸੀਤਲਕੁੰਡ ਦੇ ਉਸ ਸਥਾਨ ਦੀ ਸੇਵਾ, ਜੋ ਕਿ ਜਨਵਰੀ ਵਿੱਚ ਆਰੰਭ ਹੋਈ ਸੀ, ਉਸ ਦੀ ਅਪਡੇਟ ਲੈ ਕੇ ਆਪ ਜੀ ਨੂੰ ਉੱਥੋਂ ਦੀ ਫੁਟੇਜ ਦਿਖਾਈ ਜਾਏਗੀ। ਅਤੇ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਜਿਸ ਦੀ ਫੇਸ 2 ਦੀ ਕਾਰ ਸੇਵਾ ਪਿਛਲੇ ਸਾਲ ਅਪ੍ਰੈਲ ਵਿੱਚ ਸ਼ੁਰੂ ਕੀਤੀ ਗਈ ਸੀ, ਉਸ ਦੀ ਅਪਡੇਟ ਲੈ ਕੇ ਵੀ ਆਪ ਜੀ ਨੂੰ ਦੱਸਿਆ ਜਾਵੇਗਾ ਕਿੱਥੇ ਤੱਕ ਸੇਵਾ ਚੱਲ ਰਹੀ ਹੈ। ਸੋ ਇਹ 3 ਸੇਵਾ ਦੀ ਗੱਲਬਾਤ ਆਪਾਂ ਪ੍ਰੋਗਰਾਮ ਵਿੱਚ ਕਰਾਂਗੇ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨੀ ਬਾਰੇ ਸਾਡੇ ਸਤਿਕਾਰਯੋਗ ਸਾਹਿਬ ਆਪਾਂ ਨੂੰ ਸੇਧ ਬਖਸ਼ਣਗੇ। ਕਾਰ ਸੇਵਾਵਾਂ ਜੀਵਨ ਵਿੱਚ ਆਪਣੀ ਚੋਲੀ ਵਿੱਚ ਗੁਰੂ ਮਹਾਰਾਜ ਰਹਿਮਤਾ ਕਰਕੇ ਆਪਣੀ ਚੋਲੀ ਵਿੱਚ ਪੈਂਦੀਆਂ ਹਨ, ਸ਼ਤਾਬਦੀਆਂ ਭਾਗਾਂ ਨਾਲ ਨਸੀਬ ਹੁੰਦੀਆਂ ਹਨ, ਭਾਗਾਂ ਨਾਲ ਇਹਨਾਂ ਵਿੱਚ ਹਾਜ਼ਰੀ ਭਰ ਹੁੰਦੀ ਹੈ। ਆਪਾਂ ਵਡਭਾਗੇ ਹਾਂ ਕਿ ਜਿੱਥੇ ਆਪਾਂ ਪਿਛਲੇ 2 ਸਾਲ ਪਹਿਲਾਂ 5 ਜਨਵਰੀ 2017 ਨੂੰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 350 ਸਾਲਾ ਪ੍ਰਕਾਸ਼ ਉਤਸਵ ਮਨਾਇਆ, ਹੁਣ 12 ਨਵੰਬਰ 2019 ਨੂੰ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ 550 ਸਾਲਾ ਸਾਡੀ ਝੋਲੀ ਵਿੱਚ ਪਿਆ ਹੈ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ। ਸਮੂਹ ਸਿੱਖ ਜਗਤ ਨੇ, ਸਮੂਹ ਸਿੱਖ ਸੰਗਤਾਂ ਨੇ ਦੁਨੀਆ ਭਰ ਦੇ ਵਿੱਚ ਮੀਡੀਆ ਰਾਹੀਂ ਜਾਂ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਿੱਤੀਆਂ ਹਨ, ਅਸੀਸਾਂ ਲਿੱਤੀਆਂ ਹਨ। ਸੁਖਜਿੰਦਰ ਕੌਰ ਜੀ, ਆਪ ਜੀ ਵੀ ਦੇਖਦੇ ਹੋ, ਆਪ ਜੀ ਪ੍ਰੋਗਰਾਮ ਕਰਦੇ ਹੋ, ਹਰ ਵੀਕ ਆਪਾਂ ਅਪਡੇਟ ਦਿੰਦੇ ਹਾਂ ਸੇਵਾ ਦੀ, ਦੇਖੋ ਕਿੰਨੀ ਗੁਰੂ ਮਹਾਰਾਜ ਦੀ ਕਿਰਪਾ ਹੈ। ਜੇ ਆਪਾਂ ਪਟਨਾ ਸਾਹਿਬ ਵੱਲ ਚੱਲਦੇ ਹਾਂ, ਹਾਂਜੀ, ਅਤੇ ਹੁਣ ਸੰਗਤ ਟੀਵੀ ਵੱਲੋਂ ਆਪ ਜੀ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ, ਤਖ਼ਤ ਸਾਹਿਬ ਤੋਂ ਆ ਰਹੇ ਹਨ, ਆਸਾ ਦੀ ਵਾਰ ਆ ਰਹੀ ਹੈ, ਕਥਾ ਵਿਚਾਰ ਆ ਰਹੇ ਹਨ, ਰਹਿਰਾ ਸਾਹਿਬ ਦੇ ਪਾਠ ਆਪਾਂ ਉੱਥੋਂ ਸਰਵਨ ਕਰਦੇ ਹਾਂ, ਅਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਸੰਗਤਾਂ ਦਰਬਾਰ ਵਿੱਚ ਸਜੀਆਂ ਹੋਈਆਂ ਹਨ। ਗੁਰੂ ਮਹਾਰਾਜ ਦੀ ਕਿੱਡੀ ਅਪਾਰ ਕਿਰਪਾ ਹੈ, ਕਿੱਡੀ ਬਖਸ਼ਿਸ਼ ਹੈ। ਅਤੇ ਫੇਜ਼ 2 ਦੀ ਕਾਰ ਸੇਵਾ ਦੀ ਵੀ ਫੁਟੇਜ ਜਦੋਂ ਆਪਾਂ ਦੇਖਦੇ ਹਾਂ, ਕਿੰਨੀ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਹੈ। ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਅਸੀਂ ਵੀ ਦੇਖ ਰਹੇ ਸੀਗੇ ਕਿ ਰਹਿਰਾ ਸਾਹਿਬ ਪਟਨਾ ਸਾਹਿਬ ਤੋਂ ਅੱਜ ਆ ਰਿਹਾ ਸੀਗਾ, ਸੰਗਤਾਂ ਨੂੰ ਰੂਬਰੂ ਹੋ ਰਹੀਆਂ ਸਨ। ਅਤੇ ਜਦੋਂ ਆਪਾਂ ਪਹਿਲਾਂ ਸਵਿੱਚ ਔਨ ਕੀਤਾ, ਇਸ ਤਰ੍ਹਾਂ ਲੱਗਦਾ ਸੀ ਕਿ ਇਹ ਪੰਜਾਬ ਦੇ ਵਿੱਚ ਕਿਤੇ ਵੀ ਗੁਰਦੁਆਰਾ ਸਾਹਿਬ ਹੋ ਸਕਦੇ ਹਨ। ਫਿਰ ਜਦੋਂ ਆਪਾਂ ਦੇਖਦੇ ਹਾਂ ਸੰਗਤ ਦੀ, ਐਕਚੁਅਲੀ ਇਹ ਪੰਜਾਬ ਦੀ ਸੰਗਤ ਨਹੀਂ ਹੈਗੀ, ਫਿਰ ਆਪਾਂ ਨੂੰ ਪਤਾ ਲੱਗਦਾ ਵੀ ਐਕਚੁਅਲੀ ਇਹ ਤਾਂ ਪਟਨਾ ਸਾਹਿਬ ਤੋਂ ਆ ਰਹੇ ਨੇ ਬ੍ਰੋਡਕਾਸਟ। ਅਤੇ ਉੱਥੇ ਦੇਖੋ ਸੰਗਤਾਂ, ਗੁਰਦੁਆਰਾ ਸਾਹਿਬ ਭਰੇ ਹੋਏ ਸੀਗੇ, ਯੂਨੋ ਸੰਗਤਾਂ ਆ ਰਹੀਆਂ ਸੀ, ਮੱਥਾ ਟੇਕ ਕੇ ਬੈਠ ਰਹੇ ਸੀਗੇ, ਦੀਵਾਨ ਲੱਗੇ ਹੋਏ ਨੇ, ਐਂਡ ਇਟਸ ਰੀਅਲੀ ਗੁੱਡ, ਕਿਉਂਕਿ ਜਿਹੜੇ ਬਿਹਾਰ ਦੀ ਜਿਹੜੀ ਸੰਗਤ ਹੈ, ਜਦੋਂ ਗੁਰੂ ਮਹਾਰਾਜ ਦਾ ਟਾਈਮ ਸੀ, ਜਦੋਂ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ ਆ, ਗੁਰੂ ਨਾਨਕ ਮਹਾਰਾਜ ਉੱਥੇ ਪਹੁੰਚੇ ਹਨ, ਗੁਰੂ ਤੇਗ ਬਹਾਦਰ ਜੀ ਮਹਾਰਾਜ ਪਹੁੰਚੇ, ਉਸ ਟਾਈਮ ਦੀ ਸੰਗਤਾਂ ਦੇ ਤਾਂ ਭਾਗ ਖੁੱਲ੍ਹੇ ਹੀ ਸਨ। ਪਰ ਦੇਖੋ 350 ਸਾਲ ਬਾਅਦ ਉੱਥੇ ਜੋ ਵਾਸੀ ਨੇ, ਉੱਥੇ ਜੋ ਰਹਿ ਰਹੇ ਨੇ, ਉਹਨਾਂ ਦੀ ਕਿਸਮਤ ਕਿਵੇਂ ਖੁੱਲ੍ਹੀ ਹੈ? ਅਤੇ ਉਹਨਾਂ ਦੀ ਕਿਸਮਤ ਦੇ ਨਾਲ ਨਾਲ ਸਿੱਖਾਂ ਦੀ ਵੀ ਕਿਸਮਤ ਖੁੱਲ੍ਹ ਗਈ, ਕਿਉਂਕਿ ਆਪਾਂ ਨੂੰ ਸੇਵਾ ਕਰਨ ਦਾ ਇੱਕ ਮੌਕਾ ਮਿਲ ਗਿਆ। ਕਿਉਂਕਿ ਜੇ ਮਹਾਰਾਜ ਦੀ ਕਿਰਪਾ ਹੋਈ, ਬਾਬਾ ਜੀ ਉਹਨਾਂ ਨੇ ਅੱਗੇ ਹੋ ਕੇ ਲੀਡ ਕੀਤਾ, ਸੰਗਤਾਂ ਨਾਲ ਚੱਲੀਆਂ, ਜਦੋਂ ਆਪਾਂ ਸਾਰੇ ਇਕੱਠੇ ਹੋ ਕੇ ਚੱਲਦੇ ਹਾਂ ਨਾ,
anything's possible. क्योंकि उस टाइम ते भी सारे कहंदे सी कि दूसरे जड़ी इंफ्रास्ट्रक्चर या जी कि उत्थे सड़कां बहुत भीड़ियां जड़े पहला गए या सब कुछ बनन तो पहला ओ संगता यही दस रहीयां सी कि उत्थे कोई इंफ्रास्ट्रक्चर है नहीं उत्थे कार किवें लंघूगी बहुत नेगेटिविटी आ रही सी ते हुण संगता उत्थे thousands upon hundreds of thousands ਦੇ ਹਿਸਾਬ ਨਾਲ ਪਹੁੰਚ ਰਹੀਆਂ ਨੇ ਹੁਣ ਉਹ ਇੱਕ ਐਕਸੈਸਿਬਲ ਡੈਸਟੀਨੇਸ਼ਨ ਆ ਬਿਲਕੁਲ ਉੱਥੇ ਸੰਗਤਾਂ ਹਰ ਸਿਰਫ ਗੁਰਪੁਰਬ ਤੇ ਨਹੀਂ ਆਲ ਈਅਰ ਰਾਊਂਡ ਆਪਣੀਆਂ ਸੰਗਤਾਂ ਦੇਸ਼ ਪ੍ਰਦੇਸ਼ ਦੇ ਵਿੱਚੋਂ ਜਾਂਦੀਆਂ ਨੇ ਤੇ ਗੁਰੂ ਜੀ ਦੇ ਦਰ ਤੇ ਜਾ ਕੇ ਨਕਮਸਤਕ ਹੁੰਦੇ ਨੇ ਤੇ ਆਪਾਂ ਨੂੰ ਦਰਸ਼ਨ ਦੀਦਾਰੇ ਕਰਨ ਦਾ ਇੱਕ ਬਹੁਤ ਵਧੀਆ ਮੌਕਾ ਮਿਲਿਆ ਹੋਇਆ ਹੈ ਸੋ ਇਟਸ ਇੰਪੋਰਟੈਂਟ ਦੇਖੋ ਹੁਣ ਜਿਹੜੇ ਸਿੱਖ ਮੀਡੀਆ ਸੰਗਤ ਟੀਵੀ ਇਹਨਾਂ ਦਾ ਵੀ ਆਪਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਿਕਾਜ਼ ਇਹਨਾਂ ਤੋਂ ਬਿਨਾਂ ਜਿਹੜੇ ਵਿਚਾਰੇ ਨਹੀਂ ਜਾ ਸਕਦੇ ਕੋਈ ਅਫੋਰਡ ਨਹੀਂ ਕਰ ਸਕਦਾ ਕੋਈ ਕਿਸੇ ਦੀ ਡਿਸੇਬਿਲਿਟੀ ਆ ਕਿਸੇ ਨੂੰ ਹੋਰ ਮਜਬੂਰੀਆਂ ਹਨ ਪਰ ਫਿਰ ਵੀ ਉਹ ਗੁਰੂ ਮਹਾਰਾਜ ਦੇ ਦਰ ਦੇ ਦਰਸ਼ਨ ਦੀਦਾਰੇ ਕਰ ਸਕਦੇ ਨੇ ਤੇ ਇਹਨਾਂ ਦਾ ਧੰਨਵਾਦ ਪਹਿਲਾਂ ਤਾਂ ਆਪਾਂ ਗੁਰੂ ਮਹਾਰਾਜ ਦਾ ਕਰਦੇ ਜਿਨ੍ਹਾਂ ਨੇ ਕਿਰਪਾ ਕੀਤੀ ਇਸ ਜਨਰੇਸ਼ਨ ਦੇ ਸਿੱਖਾਂ 'ਤੇ ਫਿਰ ਅਸੀਂ ਬਾਲਪਾ ਜੀ ਉਹਨਾਂ ਦਾ ਧੰਨਵਾਦ ਤਹਿ ਦਿਲੋਂ ਕਰਦੇ ਹਾਂ ਜਿਨ੍ਹਾਂ ਨੇ ਇਹਨੂੰ ਉਸ ਪ੍ਰੋਜੈਕਟ ਨੂੰ ਸਪੇਅਰ ਹੈਡ ਕੀਤਾ ਜਿਨ੍ਹਾਂ ਮਹਾਂਪੁਰਸ਼ਾਂ ਨੇ ਜੋ ਗੁਰੂ ਦੇ ਰੰਗ ਵਿੱਚ ਰੰਗੇ ਹੋਏ ਨੇ ਕਿਉਂਕਿ ਪ੍ਰੋਜੈਕਟ ਮੈਨੇਜ ਕਰਨਾ ਬਹੁਤ ਡਿਫੀਕਲਟ ਆ ਅਤੇ ਅਸੀਂ ਇਹ ਜ਼ਰੂਰ ਦੇਖਿਆ ਬਚਪਨ ਤੋਂ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜਦੋਂ ਵੀ ਕੋਈ ਪ੍ਰੋਜੈਕਟ ਸ਼ੁਰੂ ਕਰਦੇ ਹਨ ਉਹਨਾਂ ਨੇ ਗੋਲ ਪਹਿਲਾਂ ਰੱਖਿਆ ਹੁੰਦਾ ਆ ਕਿ ਇੰਨੀ ਤਰੀਕ ਤਾਂ ਆਪਾਂ ਇਹ ਕਾਰਜ ਕਰਨੇ ਹਾਂ ਜੀ 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 ਐਂਡ ਹੁਣ ਵੀ ਯੂ ਨੋ ਉੱਥੇ ਸੈਕਿੰਡ ਫੇਜ਼ ਦੀ ਸੇਵਾ ਚੱਲ ਰਹੀ ਹੈ ਜੋ ਆਪਾਂ ਨੂੰ ਪਤਾ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਤੋਂ ਪਹਿਲਾਂ ਆਪਾਂ ਫਿਨਿਸ਼ ਕਰਨੀ ਹੈ ਕਿਉਂਕਿ ਉੱਥੇ ਵੀ ਸੰਗਤਾਂ ਦਾ ਇਕੱਠ ਹੋਣਾ ਆ ਰਾਜਗੀਰ ਵਿੱਚ ਵੀ ਸੰਗਤਾਂ ਦਾ ਇਕੱਠ ਹੋਵੇਗਾ ਨਨਕਾਣਾ ਸਾਹਿਬ 'ਤੇ ਸੰਗਤਾਂ ਦੇ ਇਕੱਠ ਹੁੰਦੇ ਹੀ ਹਨ ਸੁਲਤਾਨਪੁਰ ਲੋਧੀ ਵੀ ਅਸੀਂ ਕਹਾਂਗੇ ਐਤਕੀ ਸੰਗਤਾਂ ਭਾਰੇ ਨੰਬਰਾਂ 'ਤੇ ਪਹੁੰਚਣਗੀਆਂ ਕਿਉਂਕਿ ਇਹ ਜੋ ਟਾਈਮ ਹੈ ਨਾ ਆਪਾਂ ਨੂੰ ਬੜੀ ਕਿਸਮਤ ਦੇ ਨਾਲ ਮਿਲਿਆ ਹੈ ਤੇ ਕਈ ਵਾਰੀ ਆਪਾਂ ਨੇ ਜਨਮ ਵੀ 100 ਸਾਲ ਪਹਿਲਾਂ ਹੋ ਸਕਦਾ ਸੀ ਪਰ ਆਪਾਂ ਬਹੁਤ ਕਿਸਮਤ ਵਾਲੇ ਹਾਂ ਜੋ ਆਪਾਂ ਇਸ ਸੈਂਚਰੀ ਦੇ ਵਿੱਚ ਇਸ ਵੇਵ ਦੇ ਵਿੱਚ ਸਾਨੂੰ ਵੀ ਸੇਵਾ ਕਰਨ ਦਾ ਇੱਕ ਮੌਕਾ ਮਿਲਿਆ ਹੋਇਆ ਆ ਸੋ ਇਟਸ ਇਟਸ ਇੰਪੋਰਟੈਂਟ ਐਂਡ ਇਟਸ ਨਾਈਸ ਟੂ ਸੀ ਐਵਰੀਥਿੰਗ ਕਮਿੰਗ ਟੂਗੈਦਰ ਬਿਲਕੁਲ ਜਿਸ ਤਰ੍ਹਾਂ ਜੀ ਨੇ ਜ਼ਿਕਰ ਕੀਤਾ ਕਿ ਮਾਡਰਨ ਜੋ ਅੱਜ ਕੱਲ੍ਹ ਦੇ ਸਮੇਂ 'ਚ ਆਪਾਂ ਗੁਜ਼ਰ ਰਹੇ ਹਾਂ ਟੈਕਨੋਲੋਜੀ ਦੇ ਸਮੇਂ ਦੇ ਵਿੱਚ ਟੈਕਨੋਲੋਜੀ ਕਰਕੇ ਹਰ ਕੋਈ ਨਕਮਸਤਕ ਹੋ ਨਹੀਂ ਜਾਣ ਸਕਦਾ ਕਿਸੇ ਦੀ ਸਰੀਰ ਵੱਲੋਂ ਕਿਸੇ ਦੇਸ਼ ਪ੍ਰਦੇਸ਼ਾਂ 'ਚ ਬੈਠੇ ਨੇ ਮੁਸ਼ਕਲ ਹੈ ਕਮ ਸੇ ਕਮ ਬੰਦਾ ਦਰਸ਼ਨ ਦੀਦਾਰੇ ਕਰ ਰਿਹਾ ਘਰੋਂ ਬੈਠਾ ਨਕਮਸਤਕ ਹੋ ਰਿਹਾ ਹੈ ਇੱਕ ਕਥਾਵਾਚਕ ਬੜੀ ਉੱਚੀ ਗੱਲ ਕਰਦੇ ਸੀ ਕਥਾ ਦੇ ਵਿੱਚ ਕਹਿੰਦੇ ਸੀ ਮੋਤੀ ਸਾਹਿਬ ਕਿ ਅਰਦਾਸਾਂ ਕਰਦੇ ਰਹਿ ਜਾਂਦੇ ਸੀ ਕਿ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਬਖਸ਼ੋਣ ਗੁਰਮੁਖ ਪਿਆਰੇ ਟੀਵੀ ਅੱਗੇ ਬੈਠ ਕੇ ਸਾਰਾ ਅਸਾਂ ਦੀ ਵਾਰ ਸੁਣ ਕੇ ਅਤੇ ਫਿਰ ਆਪਣਾ ਸਰੀਰ ਨੂੰ ਨਾਸ਼ਤਾ ਕਰਦੇ ਹਨ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਟੈਕਨੋਲੋਜੀ ਕਰਕੇ ਜਿਸ ਤਰ੍ਹਾਂ ਆਪਾਂ ਸੰਗਤ ਟੈਲੀ ਦੀ ਗੱਲ ਕਰ ਰਹੇ ਹਾਂ ਬਹੁਤ ਵੱਡਾ ਉਪਰਾਲਾ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਇਹ ਚੈਨਲ ਕਰ ਰਿਹਾ ਹੈ ਅਤੇ ਸੰਗਤਾਂ ਵੀ ਇਸ ਨੂੰ ਸਪੋਰਟ ਕਰ ਰਹੀਆਂ ਹਨ ਅਤੇ ਆਪਣੀ ਡਿਊਟੀ ਵੀ ਬਣਦੀ ਹੈ ਕਿਉਂਕਿ ਇੱਕ ਐਸਾ ਹੈ ਚੈਨਲ ਹੈ ਜਿਹਦੇ ਵਿੱਚ ਕੋਈ ਸੈਲਫ ਇੰਟਰਸਟ ਨਹੀਂ ਇੱਕ ਧਰਮ ਦੇ ਪ੍ਰਚਾਰ ਦੀ ਗੱਲ ਹੈ ਅਤੇ ਧਰਮ ਦੇ ਪ੍ਰਚਾਰ ਦੇ ਪਲੈਟਫਾਰਮ 'ਤੇ ਆਪਾਂ ਦੇਖ ਰਹੇ ਹਾਂ ਕਿ ਕਿੰਨਾ ਹੋਕਾ ਦੁਨੀਆ ਭਰ ਵਿੱਚ ਇਸ ਚੀਜ਼ ਦਾ ਦੱਸਿਆ ਜਾ ਰਿਹਾ ਕੀ ਹੋ ਰਿਹਾ ਹੈ ਆਪਾਂ ਯੂਰਪ ਵਿੱਚ ਲੈ ਲਈਏ ਕਿੰਨੀਆਂ ਯੂਰਪ ਦੀਆਂ ਸੰਗਤਾਂ ਆਪਾਂ ਨੂੰ ਕਾਲ ਕਰਦੀਆਂ ਹਨ ਕਿੰਨੀਆਂ ਯੂਰਪਾਂ ਦੀਆਂ ਸੰਗਤਾਂ ਕਹਿੰਦੀਆਂ ਕਿ ਸਾਨੂੰ ਪਤਾ ਨਹੀਂ ਸੀ ਸੇਵਾ ਚੱਲ ਰਹੀ ਹੈ ਸੋ ਇੱਕ ਮਾਣ ਵਾਲੀ ਗੱਲ ਵੀ ਹੈ ਇੱਕ ਭਾਗਾਂ ਵਾਲੀ ਗੱਲ ਹੈ ਕਿ ਮਾਲਕ ਨੇ ਸਮਾਂ ਬਖਸ਼ਿਆ ਹੈ ਅਤੇ ਪਲੈਟਫਾਰਮ ਰਾਹੀਂ ਹੋਕਾ ਦੇ ਕੇ ਆਪਾਂ ਸੰਗਤਾਂ ਨੂੰ ਦੱਸ ਰਹੇ ਹਾਂ ਕਿ ਇਹ ਸੇਵਾਵਾਂ ਚੱਲ ਰਹੀਆਂ ਹਨ ਆਪ ਜੀ ਕਿਉਂਕਿ ਹਰ ਸਿੱਖ ਦੀ ਇੱਕ ਭਾਵਨਾ ਹੈ ਕਿ ਜਦੋਂ ਵੀ ਕਿਤੇ ਆਪਾਂ ਸੇਵਾ ਦੇਖਦੇ ਹਾਂ ਕਿ ਗੁਰੂ ਮਹਾਰਾਜ ਦੀ ਐਸੀ ਕਿਰਪਾ ਹੈ ਆਪਣੇ 'ਤੇ ਕਿ ਹਰ ਸਿੱਖ ਚਾਹੁੰਦਾ ਹੈ ਕਿ ਮੈਂ ਇਸ ਵਿੱਚ ਆਪਣਾ ਜ਼ਰੂਰ ਕੁਛ ਹਿੱਸਾ ਪਾਵਾਂ ਇਹ ਇੱਕ ਹਰ ਸਿੱਖ ਦੀ ਭਾਵਨਾ ਹੈ ਜਿੰਨੀ ਵੀ ਮਾਲਕ ਨੇ ਉਸਨੂੰ ਹਿੰਮਤ ਬਖਸ਼ੀ ਹੈ ਉਹਦੀ ਭਾਵਨਾ ਚਾਹੁੰਦੀ ਕਿ ਅਸੀਂ ਜ਼ਰੂਰ ਇਸ ਚੀਜ਼ 'ਤੇ ਆਪਣਾ ਹਿੱਸਾ ਪਾਉਣਾ ਹੈ ਅਤੇ ਮੈਂ ਇੱਕ ਵਾਰੀ ਜ਼ਰੂਰ ਲਾਈਨਾਂ ਦਾ ਟੈਲੀਫੋਨ ਨੰਬਰ ਦੱਸ ਦੇਵਾਂ 0121-369-1380 ਇਹ ਲਾਈਨਸ ਖੁੱਲ੍ਹੀਆਂ ਹਨ ਜਿਨ੍ਹਾਂ ਨੇ ਵੀ ਆਪਣਾ ਦਸਵੰਧ ਪਾਉਣਾ ਹੋਵੇ ਆਪ ਜੀ ਫੋਨ ਕਰਕੇ ਸੇਵਾਦਾਰ ਬੈਠੇ ਹਨ ਆਪ ਜੀ ਫੋਨ ਕਰਕੇ ਸੇਵਾ ਪਾ ਸਕਦੇ ਹੋ ਮੋਤੀ ਸਾਹਿਬ ਆਪਾਂ ਗੱਲਬਾਤ ਕਰ ਰਹੇ ਹਾਂ ਪਟਨਾ ਸਾਹਿਬ ਦੀ ਜਿਸ ਤਰ੍ਹਾਂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ 350 ਸਾਲਾਂ 'ਤੇ ਹੁਣ 550 ਸਾਲਾਂ ਵੀ ਆਪਾਂ ਦੇਖ ਰਹੇ ਹਾਂ ਆ ਰਿਹਾ ਮਹਾਰਾਜ ਦਾ ਜੀ ਆਪ ਜੀ ਵਰਪਾਗੇ ਹੋ ਆਪਣੇ 500 ਸਾਲਾਂ ਦੇ ਵੀ ਦਰਸ਼ਨ ਦੀਦਾਰੇ ਕੀਤੇ ਹਾਜ਼ਰੀਆਂ ਭਰੀਆਂ ਹਨ
ਭਾਗਾਂ ਦੇ ਵਿੱਚ ਇਹ ਭਾਗਾਂ ਵਾਲੇ ਨੂੰ ਨਸੀਬ ਹੁੰਦੇ ਨੇ। ਆਪ ਜੀ ਵੀ ਦੱਸੋ ਨਾ ਜੇ ਸੰਗਤਾਂ ਦੇ ਨਾਲ ਸਾਂਝ ਪਾਓ। ਇੱਦਾਂ ਜਿੱਥੇ ਜਿੱਥੇ ਵੀ ਮਹਾਰਾਜ ਨੇ ਖਾਸ ਤੌਰ 'ਤੇ ਭਗਤੀ ਕੀਤੀ ਆ ਜਾਂ ਚਰਨ ਪਾਏ ਆ, ਸਿੱਖ ਚਾਹੁੰਦਾ ਵੀ ਮੈਂ ਉੱਥੇ ਦੇ ਦਰਸ਼ਨ ਕਰਾਂ ਜੀ, ਕਿਉਂਕਿ ਉੱਥੇ ਦਾ ਵਾਤਾਵਰਣ, ਉੱਥੇ ਦੀਆਂ ਤਰੰਗਾਂ ਹੀ ਬੰਦੇ ਦੇ ਮਨ ਨੂੰ ਟਿਕਾ ਦਿੰਦੀਆਂ ਜੀ। ਨਹੀਂ ਤਾਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਨਸਾਨ ਇੰਨਾ ਮਨ ਸ਼ਾਂਤ ਘੱਟ ਹੁੰਦਾ, ਕਦੀ ਕਿਸੇ ਪਾਸੇ ਦੌੜ ਜਾਂਦਾ, ਕਦੀ ਕਿਸੇ ਪਾਸੇ, ਮਨ ਨੂੰ ਟਿਕਾ ਚ ਜਦੋਂ ਖਾਸ ਤੌਰ 'ਤੇ ਜਿੱਥੇ ਬਹੁਤ ਜ਼ਿਆਦਾ ਭਗਤੀ ਹੋਵੇ ਜਾਂ ਜਿੱਥੇ ਬਹੁਤ ਮਹਾਰਾਜ ਦੇ ਚਰਨ ਪਏ ਹੋਣ, ਉਸ ਅਸਥਾਨਾਂ 'ਤੇ ਬਹੁਤ ਜਲਦੀ ਮਨ ਥੋੜ੍ਹਾ ਜਿਹਾ ਸ਼ਾਂਤ ਹੋ ਜਾਂਦਾ ਅਤੇ ਇਧਰਲੇ ਪਾਸੇ ਨੂੰ ਤੁਰ ਪੈਂਦਾ। ਖਾਸ ਤੌਰ 'ਤੇ ਜਦੋਂ ਮਹਾਰਾਜ ਆਪ ਇਸ਼ਾਰਾ ਕਰ ਗਏ ਹੋਣ, ਤਹੀਂ ਪ੍ਰਕਾਸ਼ ਹਮਾਰਾ ਪਇਓ, ਪਟਨਾ ਸ਼ਹਿਰ ਵਿਖੇ ਭਾਵ ਲਇਓ। ਇੱਦਾਂ ਹੀ ਜਦੋਂ ਹੇਮਕੁੰਟ ਸਾਹਿਬ ਦੀ ਵੀ ਜਦੋਂ ਮਹਾਰਾਜ ਕਹਿੰਦੇ ਵੀ ਇੱਥੇ ਅਸੀਂ ਪਿਛਲੇ ਜਨਮ 'ਚ ਭਗਤੀ ਕੀਤੀ ਹੈ, ਸੋ ਉਹ ਵੀ ਤਾਂ ਹੌਲੀ ਹੌਲੀ ਸੰਗਤਾਂ ਨੇ 1930 'ਚ ਤਕਰੀਬਨ ਲੱਭਿਆ ਉਹ ਸਥਾਨ, ਪਹਿਲਾਂ ਨਹੀਂ ਸੀ ਪਤਾ। ਇਸੇ ਤਰ੍ਹਾਂ ਹਾਲੇ ਵੀ ਕਈ ਅਸਥਾਨ ਜਿੱਥੇ ਜਿੱਥੇ ਮਹਾਰਾਜ ਨੇ ਚਰਨ ਪਾਏ ਆ, ਜਿੱਥੇ ਜਿੱਥੇ ਮਹਿਸੂਸ ਕਰ ਰਿਹਾ ਹੈਗੇ ਆ, ਤਾਂ ਕਈ ਸੰਤਾਂ ਮਹਾਂਪੁਰਸ਼ਾਂ ਨੇ ਭਗਤਾਂ ਨੇ ਉਹ ਥਾਂ ਅਸਥਾਨ ਲੱਭੇ। ਇੱਕ ਵਾਰੀ ਭਾਈ ਰਣਧੀਰ ਸਿੰਘ ਉਹਨਾਂ ਦੀ ਜੀਵਨੀ ਪੜ੍ਹਦੇ ਸੀ, ਉਹ ਇੱਕ ਥਾਂ ਗਏ ਤਾਂ ਬਾਹਰ ਜਾਣਾ ਸੀਗਾ ਜੰਗਲ ਪਾਣੀ, ਅਤੇ ਇੱਕ ਕਹਿੰਦੇ ਬੋੜ ਦਾ ਦਰਖਤ ਸਾਨੂੰ ਬਹੁਤ ਖਿੱਚੇ, ਜੋ ਇੰਨੀ ਸਾਨੂੰ ਪੁੱਲ ਇੰਨੀ ਕਦੀ ਨਹੀਂ ਮਹਿਸੂਸ ਹੋਈ, ਤਾਂ ਉਹ ਉੱਥੇ ਚਲੇ ਗਏ ਅਤੇ ਕਹਿੰਦੇ ਅਸੀਂ ਬਹਿ ਗਿਆ ਤਾਂ ਸਾਡਾ ਮਨ ਕੀਤਾ ਵੀ ਬਾਣੀ ਪੜ੍ਹੀਏ। ਅੱਛਾ, ਬਾਣੀ ਪੜ੍ਹ ਕੇ ਅਤੇ ਇੰਨਾ ਸਰ ਤਾਂ ਕਿ 2 ਘੰਟੇ ਲੰਘ ਗਏ, ਉਹ ਸਾਨੂੰ ਅਸੀਂ ਜੰਗਲ ਜਾਣ 'ਚ ਉਹ ਵੀ ਭੁੱਲ ਗਏ। ਤਾਂ ਕਹਿੰਦੇ ਵੀ ਅਸੀਂ ਮਹਿਸੂਸ ਸੀ ਵੀ ਇੱਥੇ ਕੁਛ ਨਾ ਕੁਛ ਜ਼ਰੂਰ ਹੈਗਾ। ਤਾਂ ਆਲੇ ਦੁਆਲੇ ਦੇ ਬਜ਼ੁਰਗ ਜਿਹੜੇ ਪਿੰਡ ਦੇ ਸੀ ਉਹਨਾਂ ਤੋਂ ਪੁੱਛਿਆ ਵੀ ਇੱਥੇ ਤੁਸੀਂ ਦੱਸੋ ਇੱਥੇ ਦੀ ਕੀ ਕਹਾਣੀ। ਤਾਂ ਹੌਲੀ 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 ਗਾਂਹ ਤੋਂ ਗਾਂਹ ਖੋਜ ਕੀਤੀ ਤਾਂ ਪਤਾ ਲੱਗਾ ਮਹਾਰਾਜ ਨੇ ਇੱਥੇ ਚਰਨ ਪਾਏ। ਸੋ ਇਹ ਜਿੱਥੇ ਜਿੱਥੇ ਮਹਾਰਾਜ ਦੇ ਚਰਨ ਪਏ ਉੱਥੇ ਬਹੁਤ ਤਰੰਗਾਂ ਆਉਂਦੀਆਂ, ਉੱਥੇ ਮਨ ਟਿਕਾਅ ਦੇ ਵਿੱਚ ਆ ਜਾਂਦਾ। ਤਦੀ ਮਹਾਰਾਜ ਕਹਿੰਦੇ ਜਿੱਥੇ ਜਾਏ ਵੇਰ ਮੈਂ ਸਤਿਗੁਰੂ, ਸੋ ਥਾਂ ਸੁਹਾਵਣਾ, ਉਹ ਥਾਂ ਸੁਹਾਵਣਾ ਬਣ ਜਾਂਦਾ, ਬਿਲਕੁਲ ਉਹਦਾ ਆਪਣਾ ਪ੍ਰਭਾਵ ਬਣ ਜਾਂਦਾ, ਬਿਲਕੁਲ। ਸੋ ਇਹ ਜਿੰਨੀ ਕੋਈ ਮਹਾਰਾਜ ਦੇ ਅਸਥਾਨ ਦੀ ਕੋਈ ਸੇਵਾ 'ਚ ਹਿੱਸਾ ਪਾ ਸਕੇ ਉਹਦਾ ਆਪਣਾ ਹੀ ਭਲਾ ਆ। ਬਿਲਕੁਲ, ਕੰਮ ਤਾਂ ਮਹਾਰਾਜ ਦੀ ਕਿਰਪਾ ਕਰਕੇ ਹੋ ਹੀ ਜਾਣੇ ਆ। ਮਹਾਰਾਜ ਤਾਂ ਜਿੱਦਾਂ ਮਹਾਰਾਜ ਪੰਜਵੇਂ ਪਾਤਸ਼ਾਹ ਜਦੋਂ ਹਰਿਮੰਦਰ ਸਾਹਿਬ ਸੀ ਆਏ, ਕਹਿੰਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾ ਬਣਾਇਆ, ਉਹ ਕੰਮ ਤਾਂ ਮਹਾਰਾਜ ਆਪ ਹੀ ਕਰਾ ਲੈਣੇ ਹੈ ਨਾ ਉਹ ਤਾਂ। ਬਾਕੀ ਜਿਹੜਾ ਇਹ ਸਾਡੇ ਆਪਣੇ ਭਾਗਾਂ ਦੀ ਨਿਸ਼ਾਨੀ ਆ, ਜਿੰਨਾ ਵੀ ਅਸੀਂ ਉਧਰਲੇ ਪਾਸੇ ਨੂੰ ਤੁਰ ਸਕਦੇ ਹਾਂ। ਭਾਗ ਵੀ ਮਤਲਬ ਗੁਰੂ ਮਹਾਰਾਜ ਰਹਿਮਤ ਕਰਨ ਸਾਰਿਆਂ 'ਤੇ, ਹਾਂ ਜੀ, ਕਿ ਸਾਨੂੰ ਇਸ ਚੀਜ਼ ਦੀ ਸੇਧ ਆਵੇ, ਸੇਧ ਸਾਨੂੰ ਮਹਾਰਾਜ ਨੇ ਵਿਰਸੇ ਦਿੱਤੀ ਆ ਨਾ ਜੀ, ਅਸੀਂ ਸੇਵਾ ਦੇ ਵਿੱਚ ਹਿੱਸਾ ਪਾਉਣਾ, ਦਸਵੰਧ ਆਪਣਾ ਦੇਣਾ, ਇਹ ਮਹਾਰਾਜ ਨੇ ਸਾਨੂੰ ਸੇਧ ਬਖਸ਼ੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਦਰਸਾਏ ਮਾਰਗ 'ਤੇ ਸਾਨੂੰ ਚੱਲਣ ਦੀ ਮਾਲਕ ਬਲ ਅਤੇ ਬੁੱਧੀ ਬਖਸ਼ੀ, ਕਿ ਅਸੀਂ ਥੋੜ੍ਹੇ ਜਿਹੇ ਚੱਲ ਕੇ ਆਪਣੇ ਜੀਵਨ ਵਿੱਚ ਥੋੜ੍ਹਾ ਜਿਹਾ ਉਹਦਾ ਅਸਰ ਲਈਏ। ਆਪਾਂ ਗੱਲਾਂ ਕਰਦੇ ਹਾਂ ਕਿ ਕਾਰ ਸੇਵਾ ਦੀਆਂ, ਦੇਖੋ ਅੱਜ ਮਹਿਕ ਉਹਨਾਂ ਸਥਾਨਾਂ ਦੀ ਸਾਹਿਬ ਜੀ ਕਰ, ਕਿਉਂਕਿ ਮਹਿਕ ਹੈ, ਐਸੀ ਖਿੱਚ ਹੈ, ਐਸੀ ਭਾਵਨਾ ਹੈ ਕਿ ਤੁਹਾਡਾ ਅੰਦਰ ਜਿਹੜਾ ਉਹ ਚਾਹੁੰਦਾ ਹੈ ਕਿ ਮੈਂ ਜਾਵਾਂ, ਮੈਂ ਦਰਸ਼ਨ ਕਰਾਂ, ਮੈਂ ਵੀ ਦੇਖਾਂ ਕੀ ਹੋ ਰਿਹਾ, ਇੱਕ ਭਾਵਨਾ ਉੱਠਦੀ ਹੈ। ਅਤੇ ਜਦੋਂ ਭਾਵਨਾ ਨਕਮਸਤਕ ਹੋ ਕੇ ਆਪ ਜੀ ਜਦੋਂ ਮਹਾਰਾਜ ਦੇ ਅੱਗੇ ਸੀਸ ਝੁਕਦਾ ਹੈ, ਫਿਰ ਪਤਾ ਲੱਗਦਾ ਕਿ ਸੱਚੇ ਪਾਤਸ਼ਾਹ ਵਾਕਈ ਆਪ ਜੀ ਨੇ ਰਹਿਮਤ ਕੀਤੀ। ਇੱਦਾਂ ਜਿੰਨੀ ਵਾਰੀ ਮਰਜ਼ੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਜਾਂ ਜਦੋਂ ਤੁਸੀਂ ਮੁੜ ਕੇ ਵਾਪਸ ਇੱਧਰ ਆਉਣਾ ਹੁੰਦਾ ਨਾ, ਅੱਖਾਂ 'ਚ ਮੱਲੋ ਮੱਲੀ ਹੈ ਨਾ, ਜਲ ਆ ਜਾਂਦਾ ਵੀ ਮਹਾਰਾਜ ਪਤਾ ਨਹੀਂ ਮੁੜ ਕੇ ਦਰਸ਼ਨ ਹੋਣੇ ਇੱਥੇ ਕਿ ਨਹੀਂ ਹੋਣੇ। ਇਹ ਤਾਂ ਮਹਾਰਾਜ ਦੇ ਹੱਥੋਂ ਸਾ, ਹਮ ਆਦਮੀ ਹੈ, ਇੱਕਦਮ ਹੀ ਇੱਕਦਮ ਦਾ ਕੋਈ ਵਸਾਹ ਤਾਂ ਹੈ ਹੀ ਨਹੀਂ, ਬਿਲਕੁਲ ਹੈ ਨਾ। ਉਹ ਵੀ ਕਹਿੰਦਾ ਮਹਾਰਾਜ ਜਿੱਥੇ ਰੱਖਿਓ ਆਪਣੇ ਚਰਨਾਂ 'ਚ ਹੀ ਰੱਖਿਓ। ਸੋ ਇਹ ਬਹੁਤ ਵੱਡੀ ਗੱਲ ਆ, ਜਿੱਥੇ ਵੀ ਜਾਂਦਾ ਸਿੱਖ ਜਿੱਥੇ ਮਹਾਰਾਜ ਨੇ ਚਰਨ ਪਾਏ ਆ ਉੱਥੇ ਤਾਂ ਬਿਲਕੁਲ ਜਾਂ ਧੂਰ ਮੁੱਖ ਲਾਵਾਂ, ਉਹਦੇ ਉੱਥੇ ਜਾਣੀ ਧੂੜ ਲਾਉਣੀ ਮਹਾਰਾਜ ਦੀ ਚਰਨਾਂ ਦੀ, ਮਹਾਰਾਜ ਦੇ ਪਿਆਰਿਆਂ ਦੀ, ਉਹ ਜਾਣੀ ਧੂੜ ਲਾਉਣੀ ਬਣਦੀ ਆ। ਇਸ ਤਰ੍ਹਾਂ ਹੀ ਮਹਾਰਾਜ ਕਿਤੇ ਪਹਾੜਾਂ 'ਤੇ, ਕਿਤੇ ਸਮੁੰਦਰ 'ਤੇ, ਕਿਤੇ ਧਰਤੀ 'ਤੇ ਜਾਂਦੇ ਜਾਂਦੇ ਇੱਕ ਵਾਰੀ ਇੱਕ ਪਹਾੜਾਂ ਦੇ ਕੋਲ ਨਗਰ ਵਸਿਆ ਸੀ, ਉੱਥੇ ਮਹਾਰਾਜ ਚਲੇ ਗਏ ਜੀ। ਤਾਂ ਭਾਈ ਮਰਦਾਨਾ ਜੀ ਕਹਿੰਦੇ ਵੀ ਬਾਬਾ ਜੀ ਸ਼ਹਿਰ ਆਇਆ, ਮੈਂ ਜਾਇਆ ਹਾਂ, ਤਾਂ ਕਾਫੀ ਸੁੰਦਰ ਸ਼ਹਿਰ ਦੇਖਣ ਨੂੰ ਲੱਗਦਾ ਸੀ। ਮਹਾਰਾਜ ਕਹਿੰਦੇ ਨਹੀਂ, ਇੱਥੇ ਸ਼ਹਿਰ ਦੇ ਵਿੱਚ ਤੜਕੇ ਖਾਂਦੇ ਆ। ਕਹਿੰਦਾ ਅੱਛਾ, ਫਿਰ ਮੈਂ ਨਹੀਂ ਜਾਂਦਾ। ਕਹਿੰਦੇ ਮਹਾਰਾਜ ਉੱਦਾਂ ਅਸੀਂ ਜਾਣਾ ਜਾਣਾ ਜ਼ਰੂਰ ਆ, ਆਪਾਂ ਆ ਇਸੇ ਕਰਕੇ ਹੀ ਹਾਂ, ਆਪਾਂ ਜਾਣਾ ਆ। ਤਾਂ ਮਰਦਾਨਾ ਪੁੱਛ, ਕਹਿੰਦੇ ਬਾਬਾ ਜੀ ਇੱਥੇ ਕੌਣ ਰਾਜਾ ਰਾਜ ਕਰਦਾ? ਮਹਾਰਾਜ ਕਹਿੰਦੇ ਇੱਥੇ ਦੇਵਲੂਤ ਨਾਮ ਦਾ ਰਾਜਾ ਰਾਜ ਕਰਦਾ, ਅਤੇ ਉਹਦੇ 17 ਲੱਖ ਦੇਵ ਸਲਾਮੀ ਆ,
ਉਸ ਵੇਲੇ ਦੇ 17 ਲੱਖ ਬਹੁਤ ਵੱਡੀ ਉਸ ਵੇਲੇ ਪਾਪੂਲੇਸ਼ਨ ਵੀ ਘੱਟ ਹੁੰਦੀ ਸੀ ਵੀ ਇੰਨਾ ਵੱਡਾ ਰਾਜਾ ਸੀ ਵੀ ਉਹਦੇ ਇੰਨੇ ਅਧੀਨ ਸੀਗੇ ਹੋਰ ਲੋਕ। ਤਾਂ ਜਾਨੂ ਇਹ ਗੱਲਾਂ ਕਰਦੇ ਸੀ ਤਾਂ ਜਾਨੂ ਦੇਵਲੂਤ ਸ਼ਿਕਾਰ ਕਰਦਾ ਉੱਧਰ ਆ ਨਿਕਲਿਆ ਤਾਂ ਉਹਦੇ ਨਾਲ ਹੋਰ ਦੇਵ ਐਕਚੁਲੀ ਜਾਇੰਟਸ ਨੂੰ ਵੀ ਕਹਿੰਦੇ ਹੈਗੇ ਜੀ। ਤਾਂ ਉਹ ਉੱਧਰਲੇ ਪਾਸੇ ਅੱਜ ਤਾਂ ਦੇਵਲੂਤ ਜਿੱਦਾਂ ਜੇ ਆਪਾਂ ਪੁਰਾਤਨ ਜਨਮ ਸਾਖੀਆਂ ਦੇਖੇ ਕਈ ਥਾਂ ਇਹਦਾ ਦੇਵਲੂਤ ਦੀ ਫੋਟੋ ਇਸ ਤਰ੍ਹਾਂ ਬਣਾਈ ਜਿੱਦਾਂ ਹਵਾ ਦੇ ਵਿੱਚ ਉੱਡਦਾ ਹੁੰਦਾ ਜਿੱਦਾਂ ਹਨੂੰਮਾਨ ਜੀ ਦਿਖਾਉਂਦੇ ਠੀਕ ਹੈ। ਤਾਂ ਇਹ ਦੇਵਲੂਤ ਬੜਾ ਖੁਸ਼ ਹੁੰਦਾ ਕਿ ਅੱਜ ਤਾਂ ਬੜੇ ਚਿਰਾਂ ਬਾਅਦ ਇਹ ਸ਼ਿਕਾਰ ਹੱਥ ਆਇਆ ਮਨੁੱਖੀ ਸ਼ਿਕਾਰ ਹੈ ਨਾ ਵੀ ਤਿੰਨ ਜਣੇ ਆ ਬੜੇ ਬੜਾ ਖੁਸ਼ ਹੋਇਆ। ਤਾਂ ਉਹ ਥੱਲੇ ਉਤਰੇ ਤਾਂ ਜਦੋਂ ਉਹਨੇ ਆਪਣੇ ਤਿੰਨ ਬੰਦਿਆਂ ਨੂੰ ਭੇਜਿਆ ਜਾ ਕੇ ਇਹਨੂੰ ਫੜ ਕੇ ਲਿਆਓ ਤਾਂ ਮਰਦਾਨਾ ਜੀ ਦੇ ਬਾਬਾ ਜੀ ਦੇਵ ਹੁੰਦੇ ਆ ਰੰਗ ਵੀ ਥੋੜ੍ਹਾ ਜਿਹਾ ਬਦਲ ਜਾਂਦਾ ਡਰ ਹੋ ਗਿਆ। ਤਾਂ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਦੇਖੀ ਜਾ ਤੇ ਰੰਗ ਕਰਤਾ ਦੇ ਜਦੋਂ ਉਹ ਥੋੜ੍ਹਾ ਨੇੜੇ ਆਉਂਦੇ ਤਾਂ ਉਹਨਾਂ ਨੂੰ ਦਿਸਣੋਂ ਹਟ ਜਾਂਦਾ ਉਹ ਤਿੰਨਾਂ ਨੂੰ ਦਿਸਣੋਂ ਹਟ ਜਾਂਦਾ। ਤਾਂ ਆਲੇ ਦੁਆਲੇ ਦੇਖਦੇ ਆ ਪਰ ਬਾਬਾ ਜੀ ਜਾਂ ਬਾਕੀ ਇਹ ਉਹਨਾਂ ਨੂੰ ਦਿਸਦੇ ਨਹੀਂ ਉਹ ਮੁੜ ਜਾਂਦੇ ਕਹਿੰਦੇ ਵੀ ਰਾਜਾ ਜੀ ਸਾਨੂੰ ਤਾਂ ਉੱਥੇ ਦਿਖਾਈ ਕੁਛ ਨਹੀਂ ਦਿੰਦਾ। ਤਾਂ ਉਹ ਹੋਰ ਤਿੰਨਾਂ ਜਣੇ ਨੂੰ ਭੇਜਦਾ ਤਾਂ ਉਹ ਵੀ ਪਹਿਲਾਂ ਆਉਂਦੇ ਜਦੋਂ ਨੇੜੇ ਆਉਂਦੇ ਤਾਂ ਉਹਨਾਂ ਨੂੰ ਵੀ ਦਿਸਣੋਂ ਹਟ ਜਾਂਦਾ। ਜਦੋਂ ਕੁਝ ਵਾਰੀ ਇੱਦਾਂ ਹੋਈ ਤਾਂ ਉਹ ਰਾਜੇ ਦਾ ਜਿਹੜਾ ਵਜ਼ੀਰ ਸੀਗਾ ਥੋੜ੍ਹਾ ਕਹਿੰਦਾ ਜੀ ਰਾਜਾ ਜੀ ਮੇਰੇ ਮਨ 'ਚ ਇੱਕ ਗੱਲ ਆਈ ਆ ਜੇ ਤੁਸੀਂ ਕਹੋ ਤਾਂ ਮੈਂ ਕਹਾਂ ਕਹਿੰਦੇ ਦੱਸ ਕਹਿੰਦੇ ਹੁਣ ਤੀਕਰ ਆਪਾਂ ਇਸ ਹਿਸਾਬ ਨਾਲ ਗਏ ਹਾਂ ਵੀ ਉਹ ਸਾਡੀ ਖੁਰਾਕ ਵਾ ਅਸੀਂ ਉਹਨਾਂ ਨੂੰ ਖਾਣਾ ਆ ਮੈਂ ਇੱਦਾਂ ਸੋਚ ਕੇ ਜਾਂਦਾ ਵੀ ਮੈਂ ਉਹਨਾਂ ਨੂੰ ਨਮਸਕਾਰ ਕਰਨੀ ਆ ਫਿਰ ਮੈਂ ਦੇਖਦਾ ਵੀ ਕਿਤੇ ਮੈਂ ਸ਼ਾਇਦ ਜੇ ਮੈਂ ਸਜਾਖਾ ਮੈਂ ਠੀਕ ਰਹਿ ਗਿਆ ਫਿਰ ਤੁਸੀਂ ਦੇਖ ਲਿਓ ਜੋ ਜਦ ਅਸੀਂ ਕਰਨਾ ਚਾਹੁੰਦੇ ਹਾਂ। ਅੱਛਾ ਤਾਂ ਉਹ ਕਹਿੰਦੇ ਠੀਕ ਆ ਇੱਦਾਂ ਤਾਂ ਉਹ ਵਜ਼ੀਰ ਧਾਰ 'ਚ ਕਿਹਾ ਵੀ ਮੈਂ ਨਮਸਕਾਰ ਕਰਨੀ ਆ ਉਹ ਆ ਗਿਆ ਤਾਂ ਉਹਨੂੰ ਦੱਸਦਾ ਰਿਹਾ ਠੀਕ ਅਤੇ ਉਹਨਾਂ ਦੇ ਮਹਾਰਾਜ ਚਰਨਾਂ 'ਚ ਮੱਥਾ ਟੇਕਿਆ। ਤਾਂ ਕਹਿੰਦੇ ਵੀ ਤੁਸੀਂ ਕਿੱਥੋਂ ਆਏ ਹਾਂ ਕਹਿੰਦੇ ਮਹਾਰਾਜ ਕਹਿੰਦੇ ਅਸੀਂ ਅਮਰਾਪੁਰੀ ਤੋਂ ਆਏ ਹਾਂ ਕਹਿੰਦਾ ਜੀ ਅਮਰਾਪੁਰੀ ਕਿਹੜੀ ਡਾਇਰੈਕਸ਼ਨ 'ਚ ਆ ਮਹਾਰਾਜ ਕਹਿੰਦਾ ਉਹ ਡਾਇਰੈਕਸ਼ਨਾਂ ਤੋਂ ਉੱਪਰ ਆ ਅਮਰਾਪੁਰ ਜਿੱਥੇ ਜਿੱਥੇ ਜਾਣੀ ਜਿੱਥੇ ਕੋਈ ਮੌਤ ਨਹੀਂ ਹੁੰਦੀ ਅਮਰਾਪੁਰ ਕਹਿੰਦੇ ਤੁਹਾਡਾ ਨਾਂ ਕੀ ਅਸੀਂ ਨਾਨਕ ਨਿਰੰਕਾਰੀ ਦੱਸਿਆ ਕਹਿੰਦਾ ਅੱਛਾ ਤਾਂ ਉਹ ਵਾਪਸ ਚਲੇ ਜਾਂਦਾ ਰਾਜੇ ਕੋਲ ਤਾਂ ਦੱਸਦਾ ਰਾਜੇ ਨੂੰ ਵੀ ਮੈਨੂੰ ਤਾਂ ਠੀਕ ਦਿਸਦਾ ਰਿਹਾ ਬਾਕੀ ਜਿੱਦਾਂ ਤੁਹਾਨੂੰ ਠੀਕ ਲੱਗੇ ਉੱਦਾਂ ਕਰੋ। ਤਾਂ ਰਾਜਾ ਫਿਰ ਹੋਰ ਵੀ ਉਹ ਲੋਕਾਂ ਨੂੰ ਨਾਲ ਲੈ ਕੇ ਕਹਿੰਦੇ ਚੱਲਦੇ ਹਾਂ ਤਾਂ ਵਜ਼ੀਰ ਦੇ ਮਨ 'ਚ ਉਹ ਹੀ ਹੈ ਵੀ ਮੈਂ ਨਮਸਕਾਰ ਕਰਨੀ ਹਾਂ ਰਾਜੇ ਦੇ ਮਨ 'ਚ ਫੇਰ ਹੋ ਜਾਂਦੀ ਵੀ ਮੈਂ ਇਹ ਤਾਂ ਮੇਰੀ ਖੁਰਾਕ ਵਾ ਕਿਉਂਕਿ ਉੱਥੇ ਦਿਖਾ ਲਿਆ ਗਿਆ ਉਸ ਸਾਕੀ 'ਚ ਉਹ ਸਾਰੇ ਮਾਸ ਹੀ ਖਾਂਦੇ ਸੀਗੇ ਮਾਸ ਤੋਂ ਬਿਨਾਂ ਹੋਰ ਕੁਛ ਨਹੀਂ ਸੀ ਖਾਂਦੇ ਇਹੋ ਹੀ ਉਹਨਾਂ ਦਾ ਖਾਣਾ ਸੀ। ਤਾਂ ਉਹ ਜਦੋਂ ਨੇੜੇ ਆਏ ਤਾਂ ਰਾਜੇ ਨੂੰ ਦਿਸਣ ਫੜ ਗਿਆ ਵਜ਼ੀਰ ਨੂੰ ਦਿਸਦਾ ਰਿਹਾ। ਤਾਂ ਪਹਿਲਾਂ ਵੀ ਵਜ਼ੀਰ ਨੇ ਉਹਨੂੰ ਕਿਹਾ ਸੀ ਵੀ ਮਹਾਰਾਜ ਜੀ ਇਹ ਕੋਈ ਰਾਜਾ ਜੀ ਵੀ ਇਹ ਕੋਈ ਕਲਾਵਾਨ ਪੁਰਖ ਵਾ ਇਹ ਜਿਹੜੇ ਹੈਗੇ ਆ ਕਲਾਵਾਨ ਪੁਰਖ ਵਾ ਇਹ ਵੀ ਤੁਸੀਂ ਮੰਨੋ ਉਹ ਕਹਿੰਦਾ ਮੈਨੂੰ ਕਿੱਦਾਂ ਪਤਾ ਲੱਗੇ ਕਲਾਵਾਨ ਕਿ ਤੁਸੀਂ ਆਪਣੇ ਮਨ 'ਚ ਧਾਰ ਲਓ ਜੇ ਤੁਹਾਨੂੰ ਦਿਸਦਾ ਠੀਕ ਰਿਹਾ ਜੇ ਤੁਹਾਡੀ ਜਿਹੜੀ ਧਾਰਨਾ ਪੂਰੀ ਹੋ ਗਈ ਫਿਰ ਤੁਹਾਨੂੰ ਪਤਾ ਲੱਗ ਜਾਊ ਵੀ ਕਲਾਵਾਨ ਉਹ ਰਾਜੇ ਨੇ ਇੱਦਾਂ ਹੀ ਧਾਰਿਆ ਸੀ ਵੀ ਮੈਂ ਤਾਂ ਇਹ ਮੇਰੀ ਖੁਰਾਕ ਹਾਂ ਰਾਜੇ ਨੂੰ ਦਿਸਣੋਂ ਹਟ ਗਿਆ ਵਜ਼ੀਰ ਨੂੰ ਦਿਸਦਾ ਵਜ਼ੀਰ ਨੂੰ ਪਤਾ ਲੱਗ ਗਿਆ ਵੀ ਇਹਨੂੰ ਹੁਣ ਦਿਸਦਾ ਨਹੀਂ ਕਿਉਂਕਿ ਹੱਥ ਪੈਰ ਮਾਰਨਾ ਤਾਂ ਕਹਿੰਦਾ ਰਾਜਾ ਜੀ ਹੁਣ ਕੀ ਖਬਰ ਆ ਕਹਿੰਦਾ ਜੇ ਮੈਨੂੰ ਦਿਸਦਾ ਹੋਵੇ ਤਾਂ ਹੁਣ ਮੇਰਾ ਮਨ ਮੰਨਦਾ ਵੀ ਮੈਂ ਚਰਨ ਫੜ ਲੂੰਗਾ ਕਹਿੰਦਾ ਸੱਚੀ ਕਹਿੰਦੇ ਜਾਂ ਉੱਪਰ ਉੱਪਰੋਂ ਕਹਿੰਦੇ ਹਾਂ ਕਹਿੰਦਾ ਨਹੀਂ ਹੁਣ ਮੈਂ ਸੱਚੀ ਕਹਿੰਦਾ ਵੀ ਮੈਂ ਉਹਨਾਂ ਦੇ ਚਰਨ ਜਾ ਕੇ ਫੜ ਲਊਂਗਾ। ਤਾਂ ਵਜ਼ੀਰ ਨੇ ਜਾ ਕੇ ਨਮਸਕਾਰ ਕੀਤੀ ਮਹਾਰਾਜ ਨੇ ਕਹਿੰਦੇ ਮਹਾਰਾਜ ਜੀ ਰਾਜੇ ਨੂੰ ਵੀ ਦਰਸ਼ਨ ਦਿਓ। ਤਾਂ ਮਹਾਰਾਜ ਨੇ ਆਵਾਜ਼ ਮਾਰੀ ਰਾਜਾ ਆ ਜਾ ਅੱਖਾਂ ਖੋਲ੍ਹ ਕੇ ਰਾਜਾ ਆਉਂਦਾ ਮੱਥਾ ਟੇਕਦਾ ਤਾਂ ਮਹਾਰਾਜ ਕਹਿੰਦੇ ਰਾਜਾ ਤੂੰ ਜਿਹੜਾ ਆਪਣਾ ਪੱਖ ਵਾ ਨਾ ਆਪਣਾ ਖਾਣਾ ਇਹ ਛੱਡ ਦੇ। ਤਾਂ ਕਹਿੰਦਾ ਅੱਛਾ ਜੀ
ਕਹਿੰਦਾ ਤੁਸੀਂ ਸ਼ਹਿਰ 'ਚ ਚਲੋ, ਉੱਥੇ ਮੰਦਰ ਚਲੋ, ਰਸੋਈ ਖਾਣਾ ਛਕੋ। ਮਹਾਰਾਜ ਜੀ ਕਹਿੰਦੇ ਜਿਹੜਾ ਤੁਹਾਡਾ ਖਾਣਾ ਉਹ ਤਾਂ ਸਾਡੇ ਕਿਸੇ ਕੰਮ ਦਾ ਨਹੀਂ। ਤਾਂ ਉਹ ਫਿਰ ਜੀ ਕਿਉਂਕਿ ਵੱਡਾ ਰਾਜਾ ਹੁੰਦਾ ਤਾਂ ਉਹ ਸੱਤ ਦੇਵਾਂ ਨੂੰ ਭੇਜਦਾ, ਕਹਿੰਦੇ ਜੰਗਲ 'ਚੋਂ ਤੂੰ ਮੇਵੇ ਤੋੜ ਕੇ ਲਿਆਓ, ਫਲ ਫਰੂਟ ਤੋੜ ਕੇ ਲਿਆਓ। ਸੱਤਾਂ ਨੂੰ ਭੇਜਦਾ, ਕਹਿੰਦਾ ਤੁਸੀਂ ਨਾ ਕਿਸੇ ਨਾ ਕਰਾਂ ਸਿੱਧਾ ਆਟਾ ਵਗੈਰਾ ਪ੍ਰਬੰਧ ਕਰੋ। ਤਾਂ ਉਹ ਆ ਜਾਂਦੇ, ਮਹਾਰਾਜ ਨੂੰ ਲੈ ਆਉਂਦਾ, ਮੇਵੇ ਲੈ ਆਉਂਦੇ ਪਹਿਲਾਂ ਦੂਜੇ ਆਟੇ ਦਾ, ਫਿਰ ਹਾਲੇ ਪ੍ਰਸ਼ਾਦੇ ਪੱਕਣੇ ਆ। ਤਾਂ ਮਹਾਰਾਜ ਨੂੰ ਕਹਿੰਦਾ ਵੀ ਮਹਾਰਾਜ ਤੁਸੀਂ ਮੇਵੇ ਆ ਗਏ, ਤੁਸੀਂ ਛਕੋ। ਤਾਂ ਮਹਾਰਾਜ ਕਹਿੰਦੇ ਵੀ ਤੁਸੀਂ ਇੱਕ ਤਾਂ ਆਪਣਾ ਪੱਖ ਜਿਹੜਾ ਇਹ ਛੱਡੋ ਤਾਂ ਅਸੀਂ ਸੋਚਾਂਗੇ। ਤਾਂ ਉਹ ਰਾਜਾ ਕਹਿੰਦਾ ਮਹਾਰਾਜ ਤੁਸੀਂ ਛਡਾਓਗੇ ਤਾਂ ਛੱਡਣਾ। ਅੱਛਾ, ਮਹਾਰਾਜ ਕਹਿੰਦੇ ਤੂੰ ਰਾਜੇ ਸੁਧਰ ਸੈਨ ਨੂੰ ਜਾਣਦਾ? ਕਹਿੰਦਾ ਜੀ ਉਹ ਤਾਂ ਮੇਰੀ ਖੁਰਾਕ ਵਾ, ਜਾਣੀ ਮੇਰੇ ਅਧੀਨ ਵਾ ਜਾਣੀ। ਤਾਂ ਮਹਾਰਾਜ ਪਹਿਲਾਂ ਮਹਾਰਾਜ ਸੁਧਰ ਸੈਨ ਨੂੰ ਰਾਜੇ ਨੂੰ ਮਿਲ ਚੁੱਕੇ ਆ। ਅਤੇ ਮਹਾਰਾਜ ਕਹਿੰਦੇ ਅਸੀਂ ਸੁਧਰ ਸੈਨ ਨੂੰ ਸਾਰਿਆਂ ਤੋਂ ਉੱਤੇ ਕੀਤਾ, ਤੂੰ ਉਹਨੂੰ ਸਾਡੇ ਵਾਂਗੂ ਦੇਖੇਗਾ, ਜਿੱਦਾਂ ਤੂੰ ਸਾਨੂੰ ਨਮਸਕਾਰ ਕਰ ਰਿਹਾ ਤਾਂ ਤੇਰਾ ਖਾਣਾ ਖਾਵਾਂਗੇ। ਕਹਿੰਦੇ ਠੀਕ ਹੈ ਮਹਾਰਾਜ, ਤੁਹਾਤੋਂ ਵੀ ਵੱਧ ਦੇਖੂੰਗਾ ਮੈਂ। ਅਤੇ ਮਹਾਰਾਜ ਨੇ ਉਹਨਾਂ ਦੇ ਮੇਵੇ ਛਕੇ। ਤਾਂ ਫਿਰ ਭਾਈ ਬਾਲਾ ਜੀ ਨੂੰ ਕਿਹਾ ਤੁਸੀਂ ਪ੍ਰਸ਼ਾਦਾ ਤਿਆਰ ਕਰੋ। ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਤਿਆਰ ਹੋਇਆ, ਪ੍ਰਸ਼ਾਦਾ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਆਪ ਹੀ ਛਕਿਆ। ਤਾਂ ਮਹਾਰਾਜ ਜੀ ਥੋੜ੍ਹੇ ਚਿਰ ਇੱਦਾਂ ਨੂਰੀ ਅਵਸਥਾ 'ਚ ਆ ਗਏ। ਤਾਂ ਮਹਾਰਾਜ ਨੇ ਆਪਣਾ ਸੀਤ ਪ੍ਰਸ਼ਾਦ ਥੋੜ੍ਹਾ ਜਿਹਾ ਖਾਣਾ ਰਾਜੇ ਨੂੰ ਅਤੇ ਵਜ਼ੀਰ ਨੂੰ ਦਿੱਤਾ। ਉਹ ਖਾ ਕੇ ਇੱਕਦਮ ਜਿੱਦਾਂ ਉਹਨਾਂ ਨੂੰ ਸਾਰੇ ਸੋਝੀ ਹੋ ਗਏ, ਮਹਾਰਾਜ ਦਾ ਖਾਣਾ, ਇਹ ਮਹਾਰਾਜ ਪ੍ਰਸ਼ਾਦ, ਖੁਸ਼ੀ ਹੋ ਕੇ ਸੀਤ ਪ੍ਰਸ਼ਾਦ ਬਖਸ਼ਦੇ। ਤਾਂ ਉਹ ਐਸੀ ਉਹਨਾਂ ਦੀ ਕਲਾ ਵਰਤੀ, ਉਹਨਾਂ ਦੀ ਸਮਾਧੀਆਂ ਲੱਗ ਗਈਆਂ ਦੋਨਾਂ ਦੀਆਂ। ਤਕਰੀਬਨ 4 ਘੜੀਆਂ ਉਹਨਾਂ ਦੀ ਸਮਾਧੀ ਲੱਗੀ ਰਹੀ, ਫਿਰ ਜਾਣੀ ਮਸਤ ਹੋਏ। ਤਾਂ ਜਦੋਂ ਫਿਰ 4 ਘੜੀਆਂ ਤਕਰੀਬਨ 2 ਘੰਟੇ ਤੋਂ ਥੋੜ੍ਹਾ ਜਿਹਾ ਘੱਟ ਬਣਦਾ, ਤਾਂ ਫਿਰ ਜਦੋਂ ਥੋੜ੍ਹੀ ਖੁਮਾਰੀ ਉਤਰੀ ਤਾਂ ਕਹਿੰਦੇ ਮਹਾਰਾਜ ਸਾਡੇ 'ਚ ਤਾਂ ਹੁਣ ਕੱਖ ਤੋੜਨ ਦੀ ਇੰਨੀ ਵੀ ਹਿੰਮਤ ਨਹੀਂ ਹੈਗੀ, ਅਸੀਂ ਤਾਂ ਇੰਨੇ ਜਾਣੀ ਜੋ ਤੁਸੀਂ ਕਹੋਗੇ ਬਸ ਉਹ ਹੀ ਕਰੋਗੇ। ਸਾਨੂੰ ਸਾਡੇ ਤਾਂ ਅਸੀਂ ਤਾਂ ਫੀਲ ਕਰਦੇ ਸਾਡੇ 'ਚ ਕੋਈ ਹਿੰਮਤ ਹੈ ਹੀ ਨਹੀਂ, ਕੁਛ ਕਰ ਹੀ ਨਹੀਂ ਸਕਦੇ ਅਸੀਂ ਤਾਂ। ਮਹਾਰਾਜ ਕਹਿੰਦੇ ਨਹੀਂ, ਤੁਸੀਂ ਕਰੋ, ਤੁਸੀਂ ਆਪਣਾ ਖਾਣਾ ਬਦਲੋ। ਉਹਨਾਂ ਨੇ ਮਹਾਰਾਜ ਨੇ ਉਹਨਾਂ ਨੂੰ ਖਾਣਾ ਉਹਨਾਂ ਦਾ ਬਦਲਾਇਆ। ਕਹਿੰਦੇ ਵੀ ਜਿਹੜਾ ਮਨੁੱਖੀ ਖਾਣਾ ਆ, 36 ਪ੍ਰਕਾਰ ਦੇ ਭੋਜਨ ਆ, ਤੁਸੀਂ ਉਹ ਛਕੋ, ਮਾਸ ਖਾਣਾ ਛੱਡੋ। ਤਾਂ ਕਿਉਂਕਿ ਜਿੱਦਾਂ ਪਹਿਲਾਂ ਪਤਾ ਸੀ ਵੀ ਬਾ ਰਾਜਾ ਥਿੜਕਦਾ, ਮਹਾਰਾਜ ਨੇ ਉੱਥੇ ਉਹਨਾਂ ਨੂੰ ਕਿਹਾ ਤੁਸੀਂ ਇੱਥੇ ਮਹਾਰਾਜਾ ਜਸ ਕਰੋ, ਕਿਸੇ ਜੀਵ ਦਾ ਘਾਤ ਨਾ ਕਰੋ, ਕਿਸੇ ਜੀਵ ਨੂੰ ਮਾਰੋ ਨਾ, ਤੁਸੀਂ ਦਇਆ ਕਰੋ। ਅਤੇ ਮਹਾਰਾਜ ਇਸ ਗੱਲ ਨੂੰ ਲਾਗੂ ਕਰਨ ਲਈ 9 ਮਹੀਨੇ ਉੱਥੇ ਰਹੇ, ਜਨਮ ਸਾਖੀ 9 ਮੰਥਸ ਉੱਥੇ ਰਹੇ। ਕਿੰਨੇ ਭਾਗਾਂ ਵਾਲੇ ਸੀ, ਹੈ ਨਾ? ਪਰ ਕਿਉਂਕਿ ਮਹਾਰਾਜ ਨੇ ਮਹਿਸੂਸ ਕੀਤਾ ਵੀ ਇੰਨਾ ਸਮਾਂ ਚਾਹੀਦਾ ਇਹਨਾਂ ਦੇ ਜੀਵਨ ਨੂੰ ਐਨ ਲੀਹ 'ਤੇ ਲਿਆਉਣ ਲਈ, ਕਿਉਂਕਿ ਬਹੁਤ ਵੱਡਾ ਬਦਲਾਅ, ਬਹੁਤ ਵੱਡਾ ਬਦਲਾਅ ਸੀਗਾ। ਤਾਂ ਜਾਣੀ ਮਹਾਰਾਜ 9 ਮਹੀਨੇ ਤੋਂ ਬਾਅਦ ਫਿਰ ਮਹਾਰਾਜ ਨੇ ਉੱਥੋਂ ਵਿਦਿਆ ਲਈ। ਜੇ ਦੇਖਿਆ ਜਾਵੇ ਤਾਂ ਇਹ ਕੋਈ ਕਿਸੇ ਦੇ ਨਾਲ ਝਗੜਾ ਨਹੀਂ, ਕਿਉਂਕਿ ਮਹਾਰਾਜ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ। ਪਰ ਜਿਹੜੇ ਹੈ ਨਾ ਅੱਜ ਕੱਲ੍ਹ ਜੇ ਆਪਾਂ ਦੇਖੀਏ ਜਿਹੜੀ ਗਲੋਬਲ ਵਾਰਮਿੰਗ ਵਗੈਰਾ ਹੈਗਾ, ਉਹ ਵੀ ਸਾਰੇ ਕਹਿੰਦੇ ਆ ਜੇ ਹੈ ਨਾ ਲੋਕ ਮਾਸ ਖਾਣਾ ਛੱਡ ਦੇਣ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈਗਾ, ਬਹੁਤ ਵੱਡੀ ਯਾਨੀ ਹੋਰ ਕਿੰਨੀ ਸਾਨੂੰ ਮੁਹਲਤ ਮਿਲ ਜਾਊਗੀ ਇਸ ਧਰਤੀ ਤੋਂ, ਜਿਹੜਾ ਨੁਕਸਾਨ ਆ ਜਿਹੜਾ ਪਹੁੰਚ ਰਿਹਾ ਓਜ਼ਨ ਲੇਅਰ ਦੇ, ਜਿਹੜੀ ਬਰਬਾਦੀ ਹੋ ਰਹੀ ਆ। ਸੋ ਨਾਲ ਬਾਣੀ 'ਚ ਵੀ ਕਹਿੰਦੇ ਆ ਵੀ ਜਾਣੀ ਜੇ ਤੁਸੀਂ ਸਾਰੇ ਜੀਵ ਸਮਝਦੇ ਹੋ, ਜੋ ਸਭ ਮੈਂ ਇੱਕ ਖੁਦਾ ਏ ਕਹਿਤੇ ਤੋ ਕਿਉਂ ਮੁਰਗੀ ਮਾਰੇ, ਕਿ ਮੁਰਗੀ 'ਚ ਖੁਦਾ ਨਹੀਂ ਹੈਗਾ, ਉਹ 'ਚ ਵੀ ਤਾਂ ਖੁਦਾ ਹੀ ਹੈ ਨਾ। ਇਸੇ ਤਰ੍ਹਾਂ ਹੀ ਭਗਤ ਪਰਮਾਨੰਦ ਜੀ ਕਹਿੰਦੇ ਤੁਸੀਂ ਜੀਏ ਦਇਆ ਨਹੀਂ ਪਾਲੀ, ਜੀਆਂ ਤਾਂ ਜੀ ਦਇਆ ਕਿਉਂ ਨਹੀਂ ਕਰਦੇ ਤੁਸੀਂ? ਅਤੇ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਤੁਸੀਂ ਖਾਣਾ ਖਾਂਦੇ ਹਾਂ, ਇਹ ਜਿੱਤ ਖਾਧੇ ਤਨ ਪੀੜੀਏ, ਮਨਵੇਂ ਚੱਲੇ ਵਿਕਾਰ, ਉਹ ਜਿਹੜੇ ਤਾਂ ਦੇਖੋ ਕਈ ਹੈਗੇ ਮਹਾਰਾਜ ਨੇ ਜੀਵ ਐਸੇ ਬਣਾਏ ਆ ਜਿਹਨਾਂ ਦਾ ਖਾਣਾ ਹੀ ਉਹ ਚੀਜ਼ ਵਾ,
ਉਹਨਾਂ ਨੂੰ ਮਨਜ਼ੂਰ ਵਾ ਕਿਉਂਕਿ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਰੇ ਵਿੱਚ ਉਪਾਏ ਸਾਇਰਾ ਤੇ ਨਾਲ ਵੀ ਜਿਹੜਾ ਹੁਣ ਸਮੁੰਦਰ 'ਚ ਜੀਵ ਆ ਉਹਨਾਂ ਤਾਂ ਇੱਕ ਦੂਜੇ ਨੂੰ ਖਾਣਾ ਉਹਨਾਂ ਦਾ ਤਾਂ ਹੋਰ ਖਾਣਾ ਨਹੀਂ ਹੈਗਾ ਪਰ ਮਨੁੱਖਾ ਜਨਮ ਜਿਹੜਾ ਸਭ ਤੋਂ ਉੱਚਮ ਹੈਗਾ ਮਹਾਰਾਜ ਕਹਿੰਦੇ ਵੀ ਇਹ ਜਿਹੜੇ ਦੂਜੇ ਅਪੱਖ ਖਾਣੇ ਆ ਨਾ ਇਹਨਾਂ ਨੂੰ ਛੱਡਣਾ ਚਾਹੀਦਾ ਅਤੇ ਜਿਹੜਾ ਸਾਦਾ ਖਾਣਾ 36 ਪ੍ਰਕਾਰ ਦੇ ਭੋਜਨ ਜਿਹੜੇ ਹੈਗੇ ਮਹਾਰਾਜ ਨੇ ਬਖਸ਼ੇ ਹੈਗੇ ਆ ਉਹ ਜੇ ਪ੍ਰਖਾਦ 36 ਅੰਮ੍ਰਿਤ ਖਾਏ ਅਤੇ ਠਾਕੁਰ ਕੋ ਰੱਖ ਮਨਵਾਏ ਸੋ ਇਹ 36 ਪ੍ਰਕਾਰ ਦੇ ਭੋਜਨਾਂ ਬਾਰੇ ਵੀ ਮੈਂ ਕਿਤਾਬ 'ਚ ਲਿਖਿਆ ਹੈਗਾ ਸੋ ਇਹ ਸਾਰੇ ਜਾਣੀ ਮਹਾਰਾਜ ਨੇ ਸਾਡੀ ਬਖਸ਼ਿਸ਼ ਕੀਤੀ ਹੈ ਇਹ ਜਿਹੜਾ ਖਾਣਾ ਇਹ ਜਿਹੜਾ ਮਾਸ ਖਾਣਾ ਹੈਗਾ ਉਹ ਤੋਂ ਮਹਾਰਾਜ ਨੇ ਮਨਾ ਕੀਤਾ ਹੈਗਾ ਬਹੁਤ ਬਹੁਤ ਧੰਨਵਾਦ ਸਾਹਿਬ ਇੱਕ ਵਾਰੀ ਸੰਗਤਾਂ ਨੂੰ ਨੰਬਰ ਵੀ ਦੱਸ ਦਿਜਾਈ 01213691380 01213691380 ਲਾਈਨਸ ਖੁੱਲ੍ਹੀਆਂ ਹਨ ਆਪ ਜੀ ਫੋਨ ਕਰਕੇ ਜੇ ਅਗਰ ਸੇਵਾ ਪਾਉਣੀ ਚਾਹੋ ਤਾਂ ਸੇਵਾ ਪਾ ਸਕਦੇ ਹੋ ਆਹ ਕੁਛ ਪਰਿਵਾਰਾਂ ਨੇ ਸੇਵਾ ਪਾਈ ਹੈ ਜਿਨ੍ਹਾਂ ਦੇ ਨਾਮ ਆਪ ਜੀ ਨੂੰ ਪੜ੍ਹ ਕੇ ਦੱਸੇ ਜਾਵਾਂਗੇ ਸਤਨਾਮ ਕੌਰ ਅਤੇ ਪਰਿਵਾਰ ਵੱਲੋਂ ਜੀ 100 ਪਾਉਂਡ ਕੁਲਵਿੰਦਰ ਸੰਧੂ 101 ਪਾਉਂਡ ਐਸ ਕੇ ਬਿਹਾਲ 21 ਪਾਉਂਡ ਅਮਰ ਕੌਰ ਜੀ 350 ਪਾਉਂਡ ਕੁਲਦੀਪ ਕੌਰ ਵਿਰਦੀ 25 ਪਾਉਂਡ ਤਜਿੰਦਰ ਕੌਰ 13 ਪਾਉਂਡ ਪਰਸ਼ੋਤਮ ਸਿੰਘ 500 ਪਾਉਂਡ ਸੁਰਿੰਦਰ ਕੌਰ ਰਾਏ 113 ਪਾਉਂਡ ਆਪ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਰਿਆਂ 'ਤੇ ਆਪ ਇਸੇ ਤਰ੍ਹਾਂ ਹਮੇਸ਼ਾ ਗੁਰੂ ਮਹਾਰਾਜ ਦੀ ਸੀਸ ਲੈਂਦੇ ਰਹੋ ਵਡਭਾਗੇ ਹੋ ਆਪ ਜੀ ਨੂੰ ਮਾਲਕ ਨੇ ਸਮਾਂ ਬਖਸ਼ਿਆ ਬਲ ਬਖਸ਼ਿਆ ਆਪ ਜੀ ਨੇ ਇਹਨਾਂ ਮਹਾਨ ਕਾਰਜਾਂ ਵਿੱਚ ਆਪਣਾ ਹਿੱਸਾ ਪਾਇਆ ਹੈ ਸ਼ੀਤਲ ਕੁੰਡ ਵਾਸਤੇ ਇਹ ਸਭ ਸਮੂਹ ਸੰਗਤ ਨੇ ਸੇਵਾ ਆਪਣੀ ਭੇਜੀ ਹੈ ਬਹੁਤ ਬਹੁਤ ਧੰਨਵਾਦ ਦੇਖ ਲਓ ਓਤੀ ਸਾਹਿਬ ਸੰਗਤਾਂ ਦੀ ਇੱਕ ਆਪਾਂ ਸਿਰਫ ਔਕਾ ਦੇ ਰਹੇ ਹਾਂ ਹਾਂਜੀ ਹਾਂਜੀ ਭਾਵਨਾ ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕੀਤੀ ਸੀ ਕਿ ਲੋਕ ਕਿਸ ਤਰ੍ਹਾਂ ਭਾਵਨਾ ਹਰ ਇੱਕ ਦੀ ਹੈ ਕਿ ਜੀ ਸਾਡਾ ਹਿੱਸਾ ਪੈ ਜਾਵੇ ਦੇਖੋ ਵੀਰ ਜੀ ਅਸੀਂ ਤਾਂ ਆਪਣਾ ਨੰਬਰ ਵੀ ਦੇਖ ਰਹੇ ਕਿ ਆਪਣਾ ਨੰਬਰ ਬਦਲਿਆ ਹੋਇਆ ਹੈ ਹਾਂਜੀ ਹਾਂਜੀ ਇਹਦੇ ਵਿੱਚ ਵੀ ਮਹਾਰਾਜ ਨੇ 13 ਕਰਕੇ ਲਿਆ ਹੁੰਦਾ ਹਾਂਜੀ ਬਿਲਕੁਲ ਤੁਸੀਂ ਵੀ ਕਹਿੰਦੇ ਸੀ ਨਾ 113 ਕਰੋ ਉਹ ਤੁਹਾਡੀ ਗੱਲ ਮੰਨ ਕੇ ਵੀ ਸੰਗਤਾਂ ਨੇ 113 ਇੱਕ ਤੇ 13 ਹੈ ਨਾ ਹਾਂਜੀ ਨਹੀਂ ਉਹ ਭਾਵਨਾ ਆਪਣੀ ਆਪਣੀ ਹੁੰਦੀ ਆ ਬਿਲਕੁਲ ਅਸੀਂ ਦੂਸਰਾ ਸਾਖਾ ਸਰਹੰਦ ਦੇਖ ਰਹੇ ਸੀਗੇ ਸੰਗਤ ਟੀਵੀ 'ਤੇ ਕ੍ਰਿਸਮਸ ਦੀ ਛੁੱਟੀਆਂ 'ਤੇ ਅਤੇ ਉੱਥੇ ਗਿਆਨੀ ਭਿੰਦਰਪਾਲ ਸਿੰਘ ਜੀ ਨੇ ਇੱਕ ਗੱਲ ਕਹੀ ਜੋ ਸਾਡੇ ਮਨ ਨੂੰ ਬੜੀ ਲੱਗੀ ਅਤੇ ਉਹ ਕਹਿੰਦੇ ਸਾਡੀ ਸਿਰਫ ਸੁਣੋ ਨਾ ਤੁਸੀਂ ਗੁਰਬਾਣੀ ਆਪ ਪੜ੍ਹੋ ਕਿ ਜੇ ਤੁਸੀਂ 4 ਅੰਗ ਰੋਜ਼ ਮਹਾਰਾਜ ਦੇ ਪੜ੍ਹਦੇ ਹੋ ਨਾ ਸਾਲ ਦੇ ਵਿੱਚ ਤੁਹਾਡਾ ਪੂਰਾ ਸਹਿਜ ਪਾਠ ਹੋ ਜਾਂਦਾ ਹੈ ਐਂਡ ਜਦੋਂ ਆਪਾਂ ਨਾ ਉਹਨੂੰ ਬ੍ਰੇਕ ਡਾਊਨ ਕਰਦੇ ਹਾਂ ਅਤੇ ਆਪਾਂ ਕਈ ਵਾਰੀ ਸੋਚਦੇ ਸਹਿਜ ਪਾਠ 'ਚ ਬਹੁਤ ਵੱਡੀ ਕਮਿਟਮੈਂਟ ਆ ਪਰ ਜਿੱਦਾਂ ਉਹਨਾਂ ਨੇ ਕਿਹਾ 4 ਅੰਗ ਹੀ ਪੜ੍ਹੋ ਤਾਂ ਸਾਲ ਦੇ ਵਿੱਚ ਤੁਹਾਡਾ ਸਹਿਜ ਪਾਠ ਪੂਰਾ ਹੋ ਜਾਵੇਗਾ ਬਿਲਕੁਲ ਸੇਵਾ ਵੀ ਇਸੇ ਤਰ੍ਹਾਂ ਆ ਜਦੋਂ ਅਸੀਂ ਪਟਨਾ ਸਾਹਿਬ ਦੀ ਗੱਲ ਕਰ ਰਹੇ ਸੀ ਪਟਨਾ ਸਾਹਿਬ ਦੀ ਸੇਵਾ ਤਾਂ ਅਸੀਂ ਕਹਿੰਦੇ ਹੁੰਦੇ ਸੀ ਗੁਰੂ ਮਹਾਰਾਜ ਨੇ 5 ਕਕਾਰ 5 ਗੁਰਸਿੱਖ ਆਪਣੇ 5 ਪਿਆਰੇ ਸਾਰਾ ਕੁਛ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 5 ਦੇ ਨਾਲ ਲੱਗਦਾ 5 ਤੋਂ ਸ਼ੁਰੂ ਕਰੋ ਹੁਣ ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਲ ਕਰਦੇ ਹਾਂ ਤਾਂ ਮਹਾਰਾਜ 1 ਤੋਂ ਬਾਣੀ ਉਚਾਰੀ ਅਤੇ 13 ਕਰਤਾ ਵੀ ਆਪਾਂ ਗੁਰੂ ਜੀ ਤੋਂ ਸਿੱਖੀਏ ਗੁਰੂ ਜਿੱਥੇ ਸਾਨੂੰ ਖੜ੍ਹੇ ਕਰ ਗਏ ਹਨ ਆਪਾਂ ਉੱਥੋਂ ਸ਼ੁਰੂ ਕਰੀਏ ਠੀਕ ਆ ਆਪਣੇ ਆਪਾਂ ਆਪਣੇ ਕੋਲ ਬਹੁਤ ਕੁਛ ਆ ਜਿਵੇਂ ਆਪ ਜੀ ਨੇ ਕਿਹਾ ਨਾ ਕਿ ਅੱਜ ਆਪਣੇ ਕੋਲ ਮਾਇਆ ਦਾ ਕੋਈ ਘਾਟਾ ਨਹੀਂ ਹੈਗਾ ਬਿਕਾਜ਼ ਵੀ ਆਰ ਆਲ ਡੂਇੰਗ ਰੀਲੀ ਵੈਲ ਇਨ ਦ ਵੈਸਟਰਨ ਵਰਲਡ ਇੰਡੀਆ ਦੇ ਵਿੱਚ ਵੀ ਕਿਤੇ ਵੀ ਚਲੇ ਜਾਓ ਗੁਰਸਿੱਖ ਦੂਰੋਂ ਪਛਾਣ ਹੁੰਦੇ ਨੇ ਕਿਉਂਕਿ ਮਹਾਰਾਜ ਨੇ ਆਪਣਾ ਰੂਪ ਉਹਨਾਂ ਸਾਨੂੰ ਦਿੱਤਾ ਹੋਇਆ ਹੈ ਅਤੇ ਜਿਹੜੀ ਇੰਡਸਟਰੀਅਸ ਆ ਆਪਾਂ ਕਿਰਤ ਕਮਾਈ ਕਰਦੇ ਹਾਂ ਆਪਾਂ ਗੁਰੂ ਜੀ ਆਪਾਂ ਨੂੰ ਕਹਿ ਗਏ ਕਿ ਕਿਰਤ ਕਰੋ ਜਿਹੜੀ ਮਨ ਤਨ ਲਾ ਕੇ ਕਿਰਤ ਕਰਦੇ ਹਨ ਉਹਨਾਂ ਦੀਆਂ ਨੌਕਰੀਆਂ ਵੀ ਬੜੀਆਂ ਵਧੀਆਂ ਆ ਬਿਜ਼ਨਸਾਂ ਵੀ ਬੜੀਆਂ ਵਧੀਆ ਚੱਲਦੀਆਂ ਤਨਖਾਹਾਂ ਵੀ ਆ ਆਪਣੇ ਕੋਲ ਅਕਾਊਂਟਸ ਵੀ ਸਾਡੇ ਹੈਲਥੀ ਹੈਗੇ ਅੱਜ ਪਰ ਕਈ ਵਾਰੀ ਕੋਈ ਆਪਣਾ ਭੈਣ ਭਾਈ ਹੁੰਦਾ ਜੋ ਨਹੀਂ ਉੱਥੇ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਸੋਚੇ ਕਿ ਹਾਏ ਮੈਂ 5 ਦਊਂਗੀ ਜਾਂ 13 ਦਊਂਗੇ ਸਟਾਰਟ ਸਮਵੇਅਰ ਵੀ ਇਟਸ ਗੋਟ ਟੂ ਬੀ ਬਾਈਟ ਸਾਈਜ਼ਡ ਇਟਸ ਅਬਾਊਟ ਟੇਕਿੰਗ ਪਾਰਟ ਇਟਸ ਅਬਾਊਟ ਬੀਂਗ ਏਬਲ ਟੂ ਗਿਵ ਸਮਥਿੰਗ ਜਿੱਦਾਂ ਆਪਾਂ ਸਮੁੰਦਰ ਸਾਗਰ ਦੀ ਗੱਲ ਕਰੀ ਦੀ ਹੈ ਨਾ ਜਦੋਂ ਬੂੰਦ ਬੂੰਦ ਪਾਇਆ ਕਿਸੇ ਨੂੰ ਨਹੀਂ ਪਤਾ ਕਿਸੇ ਨੇ 1 ਪਾਇਆ ਕਿ ਲੱਖ ਪਾਇਆ ਇੱਕੋ ਹੀ ਗੱਲ ਹੋ ਜਾਂਦੀ ਹੈ ਪਰ ਇਹ ਹੁੰਦਾ ਹੈ ਨਾ ਜੇ ਤੁਹਾਡੇ ਮਨ ਦੇ ਵਿੱਚ ਭਾਵਨਾ ਆ ਸ਼ਰਧਾ ਆ ਅਤੇ ਪਿੱਛੇ ਨਾ ਬੈਠੋ ਕਮ ਫੋਰਵਰਡ ਕਿ ਉਹ ਗੁਰੂ ਨਾਨਕ ਮਹਾਰਾਜ ਦਾ ਅਸੀਂ ਇੱਕ ਸ਼ਬਦ ਲੈ ਕੇ ਆਏ ਹਾਂ ਅੱਜ ਮਹਾਰਾਜ ਇੱਥੇ ਕਹਿੰਦੇ ਨੇ ਕਿ ਸੁੱਖ ਹੋਵੇ ਸੇਵਕ ਕਮਾਣੀਆਂ ਕਿ ਜਦੋਂ ਆਪਾਂ ਸੇਵਾ ਕਰਦੇ ਹਾਂ ਨਾ ਚਾਹੇ ਉਹ ਛੋਟੀ ਹੈ ਚਾਹੇ ਉਹ ਜ਼ਿਆਦਾ ਹੈ ਮਹਾਰਾਜ ਉਹ ਨਹੀਂ ਦੇਖਦੇ ਉਹ ਕੁਆਂਟਿਟੀ ਨਹੀਂ ਮਹਾਰਾਜ ਦੇਖਦੇ ਮਹਾਰਾਜ ਸਿਰਫ ਭਾਵਨਾ ਦੇਖਦੇ ਆ ਅਤੇ ਜੇ ਸਾਡੇ ਮਨ ਦੇ ਵਿੱਚ ਭਾਵਨਾ ਆ ਅਤੇ ਭਾਵਨਾ ਦੇ ਨਾਲ ਆਪਾਂ ਸੇਵਾ ਕਰਦੇ ਹਾਂ ਅਤੇ ਮਹਾਰਾਜ ਕਹਿੰਦੇ ਫਿਰ ਸੁੱਖ ਤਾਂ ਆਪਾਂ ਨੂੰ ਪ੍ਰਾਪਤ ਹੁੰਦਾ ਹੀ ਆ ਬਿਕਾਜ਼ ਯੂ ਫੀਲ ਯੂਵ ਡਨ ਸਮਥਿੰਗ ਵਰਥ ਵਾਇਲ
ਤੇ ਗੁਰੂ ਜੀ ਇਹਦੇ ਵਿੱਚ ਇਹ ਵੀ ਕਹਿੰਦੇ ਨਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਵਸਨ ਪਾਈਏ So while going about our worldly affairs, day-to-day living, in the rat race, give something back. It doesn't have to be large. It can be whatever you want it to be. But get into that habit. Develop a habit. Karo na ki assi vi kuch maharaj da dhanwad hi kar diye. Kuch de diye, kise de naal khad jaiye, sikhi de vich naal, sikhan de. Jide kehnde na, appa nu nahi pata kai vir appa sangat ch baithe hunde aa. Kehnde ਕਿਹੜੀ ਰੂਹ ਬੈਠੀ ਹੋਈ ਆ ਜਿਹਦੇ ਕਰਕੇ ਆਪਣਾ ਵੀ ਜਨਮ ਸਫਲਾ ਹੋ ਜਾਣਾ ਆ ਐਨ ਇਹ ਸੇਵਾਵਾਂ ਵੀ ਬਿਲਕੁਲ ਇਸੇ ਤਰ੍ਹਾਂ ਆ ਆਪਾਂ ਨੂੰ ਨਹੀਂ ਪਤਾ ਜੇ ਆਪਾਂ ਇੱਕ ਪਾਉਂਡ ਵੀ ਪਾਵਾਂਗੇ ਆਪਾਂ ਨੂੰ ਪਤਾ ਨਹੀਂ ਉਹ ਪਾਉਂਡ ਕਿੱਥੇ ਜਾ ਕੇ ਕਿਹੜੇ ਸਮੁੰਦ ਸਾਗਰ ਦੇ ਵਿੱਚ ਜਾ ਕੇ ਮਹਾਰਾਜ ਨੂੰ ਕਿਵੇਂ ਪ੍ਰਵਾਨ ਹੋਣਾ ਆ ਅਤੇ ਫਿਰ ਹੀ ਆਪਾਂ ਨੂੰ ਆਪਣੀ ਜਗ੍ਹਾ ਮਹਾਰਾਜ ਦੇ ਚਰਨਾਂ 'ਚ ਮਿਲਦੀ ਹੈ ਬੜੀ ਇੰਪੋਰਟੈਂਟ ਚੀਜ਼ ਇੱਕ ਹੋਰ ਵੀ ਹੈ ਕਿ 2019 12 ਨਵੰਬਰ 2019 ਅੱਜ ਤੋਂ ਆਪਾਂ ਲਾ ਲਈਏ ਕਿ 10 ਮਹੀਨੇ ਤੋਂ ਘੱਟ ਰਹਿ ਗਏ ਨੇ ਮੁੜ ਕੇ ਨਾ ਆਪਾਂ ਹੋਕਾ ਦੇਣਾ ਹੈ ਨਾ ਇਹ ਸੇਵਾ ਮਾਲਕ ਨੇ ਕਿਰਪਾ ਕਰਕੇ ਕਰਾ ਲੈਣੀ ਹੈ ਇਹ ਟਾਈਮ ਸਪੈਨ ਬਹੁਤ ਥੋੜ੍ਹਾ ਹੈ ਇਹ ਦੇਖਿਆ ਜਾਵੇ ਅਤੇ ਤੁਸੀਂ ਭਾਵਨਾ ਜਪ ਦੀ ਗੱਲ ਕਰਦੇ ਲੋਕ ਮੰਥਲੀ ਕਮਿਟਮੈਂਟ ਕਰੀ ਜਾ ਰਹੇ ਨੇ ਕੋਈ ਇਕੱਠਾ ਦੇਸ਼ ਤਾਂ ਇਕੱਠਾ ਦੇ ਹਰ ਕੋਈ ਚਾਹੁੰਦਾ ਹੈ ਹਰ ਇੱਕ ਦੀ ਭਾਵਨਾ ਹੈ ਆਪਾਂ ਜੇ ਕਲੋਕ ਬੈਕਵਰਡਸ ਲੈ ਕੇ ਜਾਂਦੇ ਹਾਂ ਜਿਸ ਤਰ੍ਹਾਂ ਆਪ ਜੀ ਗੱਲ ਕਰ ਰਹੇ ਸੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਿੱਥੇ ਦੀ ਗੱਲ ਕਰ ਸੀ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਗੱਲ ਕਰ ਰਹੇ ਸੀ ਕਿ ਪੰਜੋ ਤਖਤਾਂ ਦੀ ਕਾਰ ਸੇਵਾ ਗੁਰੂ ਮਹਾਰਾਜ ਨੇ ਝੋਲੀ ਪਾਈ ਅਤੇ ਮਹਾਂਪੁਰਖਾਂ ਦੇ ਉੱਦਮ ਅਤੇ ਉਪਰਾਲੇ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕਾਰ ਸੇਵਾ ਸੰਪੂਰਨ ਹੋਈਆਂ ਕੋਈ ਹੋਕੇ ਨਹੀਂ ਦਿੱਤੇ ਗਏ ਕੋਈ ਮੰਗਿਆ ਨਹੀਂ ਗਿਆ ਮਾਲਕ ਦੇ ਅੱਗੇ ਅਰਦਾਸ ਕੀਤੀ ਆ ਜਦੋਂ ਮਾਲਕ ਅੱਗੇ ਮਹਾਂਪੁਰਖ ਅਰਦਾਸ ਕਰਦੇ ਨੇ ਉਹਦਾ ਉਹ ਟਾਸਰਾ ਲੈ ਕੇ ਸੇਵਾ ਸ਼ੁਰੂ ਹੁੰਦੀ ਹੈ ਅਤੇ ਫਿਰ ਆਪਣੇ ਆਪ ਮਹਾਰਾਜ ਦੀ ਬਖਸ਼ਿਸ਼ ਹੈ ਪਰ ਵਡਭਾਗੀ ਉਹ ਹਨ ਸਾਡੇ ਅਰਗੇ ਜੇ ਨਾ ਇਸ ਮਾਰਗ ਦੇ ਮਗਰ ਲੱਗੇ ਹੁੰਦੇ ਤਾਂ ਅਸੀਂ ਦੇਣਾ ਹੀ ਕੁਛ ਨਹੀਂ ਸੀ ਮੈਂ ਆਪਣੇ ਜੀਵਨ ਦੀ ਗੱਲ ਕਰ ਰਹੀ ਕਿ ਅਸੀਂ ਸਾਨੂੰ ਪਤਾ ਹੀ ਨਹੀਂ ਹੈ ਖਾਲੀ ਚਲੇ ਜਾਣਾ ਸੀ ਸਾਨੂੰ ਪਤਾ ਨਹੀਂ ਸੀ ਦਾਨ ਕਿੱਦਾਂ ਕਰਨਾ ਇਹ ਵੀ ਦਾਨ ਕਰਨਾ ਸਿਖਾਇਆ ਜਾਂਦਾ ਹੈ ਦਾਨ ਤੁਹਾਨੂੰ ਸੋਝੀ ਬਖਸ਼ਦਾ ਕਿ ਤੁਸੀਂ ਇੱਥੇ ਪਾਓ ਸੇਵਾ ਪਾਓ ਸੇਵਾ ਕਰੋ ਹੱਥੀਂ ਸੇਵਾ ਕਰੋ ਨਕਮਸਤਕ ਹੋਵੋ ਤੁਹਾਡੇ ਜੀਵਨ ਦੀਆਂ ਰੇਖਾ ਭਾਈ ਪਿੰਦਰਪਾਲ ਸਿੰਘ ਜੀ ਦੀ ਗੱਲ ਪਟਨਾ ਸਾਹਿਬ ਜਦੋਂ ਐਤਕੀ ਆਏ ਹੋਏ ਸਨ ਉਹ ਜਦੋਂ ਕਥਾ ਕਰ ਰਹੇ ਸਨ ਅਤੇ ਉਹ ਇਹ ਕਹਿ ਰਹੇ ਸੀ ਕਿ ਜਦੋਂ ਆਪ ਜੀ ਗੁਰੂ ਮਹਾਰਾਜ ਦੇ ਅੱਗੇ ਆਪ ਜੀ ਦਾ ਸੀਸ ਚੁੱਕਦਾ ਹੈ ਹਾਂਜੀ ਪਤਾ ਨਹੀਂ ਆਪ ਜੀ ਦੀ ਕਿੰਨੀਆਂ ਮਸਤਕ ਦੀਆਂ ਰੇਖਾ ਬਦਲ ਜਾਂਦੀਆਂ ਇਹ ਦੇਖੋ ਉਸ ਪਾਵਨ ਪੁੱਤਰ ਸਥਾਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਿੱਥੇ ਗੁਰੂ ਮਹਾਰਾਜ ਦੀ ਚਰਨ ਛੂਹ ਪ੍ਰਾਪਤ ਹੈ ਆਪਾਂ ਸੀਤਲ ਕੁੰਡ ਦੀ ਗੱਲ ਕਰਦੇ ਹਾਂ ਐਸਾ ਸੀਨਿਕ ਏਰੀਆ ਹੈ ਐਸੀ ਬਿਊਟੀ ਹੈ ਉਸ ਚੀਜ਼ ਦੀ ਕਿ ਮਹਾਰਾਜ ਦੇ ਸਮੇਂ ਤੋਂ ਉਸ ਚੀਜ਼ ਦੇਖਣ ਵਾਲੀ ਹੋਵੇ ਕਿਉਂਕਿ ਉਦੋਂ ਛੋਟੀਆਂ ਆਬਾਦੀਆਂ ਸਨ ਪਰ ਦੇਖੋ ਮਹਾਰਾਜ ਕਿੱਥੇ ਗਏ ਕੀ ਸੀ ਮਹਾਰਾਜ ਦੀ ਰਜ਼ਾ ਕੀ ਸੀ ਮਹਾਰਾਜ ਦਾ ਇਹ ਖੇਲ ਕਿ ਜਿੱਥੇ ਗਰਮ ਪਾਣੀ ਦੇ ਕੁੰਭ ਚੱਲਦੇ ਨੇ ਇੱਕ ਸੀਤਲ ਕਰ ਦੇਣਾ ਇੱਕ ਮਹਾਰਾਜ ਦੇ ਚਮਤਕਾਰ ਹੀ ਨੇ ਜੀ ਕਿ ਸੰਗਤਾਂ ਵਾਸਤੇ ਲੋੜਵੰਦਾਂ ਵਾਸਤੇ ਜੋ ਵੀ ਚੀਜ਼ ਚਾਹੀਦੀ ਮਾਲਕ ਨੇ ਉਸੇ ਵੇਲੇ ਉਹ ਕਰਕੇ ਦੇ ਦਿੱਤੀ ਅਤੇ ਸਾਡੇ ਕਿੱਡੇ ਉੱਚੇ ਭਾਗ ਨੇ ਕਿ ਸਾਡਾ ਇਹ ਵਿਰਸਾ ਹੈ ਸਾਡੀਆਂ ਚੀਜ਼ਾਂ ਹਨ ਸਾਡੀ ਗੁਰੂ ਮਹਾਰਾਜ ਦੀਆਂ ਚੀਜ਼ਾਂ ਹਨ ਅਤੇ ਸਾਨੂੰ ਇਹਨਾਂ ਚੀਜ਼ਾਂ ਵਿੱਚ ਨਕਮਸਤਕ ਹੋਣ ਲਈ ਇਹਨਾਂ ਕਾਰ ਸੇਵਾ ਵਿੱਚ ਹਿੱਸਾ ਪਾਉਣ ਲਈ ਆਪ ਜੀ ਕ੍ਰਿਸਟਲ ਕਲੀਅਰ ਅੰਮ੍ਰਿਤ ਦੇਖ ਲਓ ਸੀਤਲ ਕੁੰਡ ਦਾ ਕਿਸ ਤਰ੍ਹਾਂ ਹੈ ਇਹ ਕੋਈ ਪਿਊਰੀਫਾਇਰ ਨਹੀਂ ਲੱਗਾ ਹੋਇਆ ਜੀ ਨੈਚੁਰਲ ਆ ਰਿਹਾ ਇੱਕ ਪਾਸੇ ਉਹ ਪਹਾੜੀ 'ਚੋਂ ਦੂਜੇ ਪਾਸੇ ਨਿਕਲੀ ਜਾ ਰਿਹਾ ਹੈ ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ ਅਤੇ ਆਪਾਂ ਭਾਗੇ ਹਾਂ ਸਾਰੇ ਨੰਬਰ ਇੱਕ ਵਾਰੀ ਆਪ ਜੀ ਨਾਲ ਫੇਸ ਸਾਂਝ ਪਾ ਦੇਵਾਂ 0121369 1380 ਯੂਰਪ ਦੀਆਂ ਸੰਗਤਾਂ ਵੀ ਬਹੁਤ ਭਾਵਨਾ ਨਾਲ ਇਹਨਾਂ ਸੇਵਾ ਵਿੱਚ ਹਿੱਸਾ ਪਾਉਣੀਆਂ ਚਾਹੁੰਦੀਆਂ ਹਨ ਕਈ ਵਾਰੀ ਟਾਈਮ ਡਿਫਰੈਂਸ ਕਰਕੇ ਘੰਟੇ ਦਾ ਉਹ ਲਾਈਨਸ ਹਮੇਸ਼ਾ ਖੁੱਲ੍ਹੀਆਂ ਹੁੰਦੀਆਂ ਹਨ ਸਵੇਰ ਤੋਂ ਸ਼ਾਮ ਤੱਕ ਜਿਹਨਾਂ ਨੇ ਵੀ ਫੋਨ ਕਰਨਾ ਸੇਵਾਦਾਰ ਬੈਠੇ ਹੁੰਦੇ ਹਨ ਪੋਤੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ 550 ਸਾਲਾ ਆਪਣੇ ਜੀਵਨ ਵਿੱਚ ਮਾਲਕ ਨੇ ਮਿਹਰ ਕੀਤੀ ਆ ਰਿਹਾ ਹੈ ਆਪ ਜੀ ਨੇ 500 ਸਾਲਾਂ ਵਿੱਚ ਵੀ ਗੁਰੂ ਮਹਾਰਾਜ ਨੇ ਆਪ ਜੀ ਕੋਲ ਜਿਸ ਤਰ੍ਹਾਂ ਵੀ ਹਾਜ਼ਰੀ ਲਵਾਈ ਸੇਵਾ ਕਰਾਈ ਸਮੇਂ ਦੇ ਨੂੰ ਆਪਾਂ ਦੇਖੀਏ 50 ਸਾਲਾਂ ਦੇ ਵਿੱਚ ਕਿੰਨੀ ਚੇਂਜਿਸ ਆ ਗਈਆਂ ਹਨ ਉਸ ਚੇਂਜਿਸ ਦੇ ਨਾਲ ਜੋ 500 ਸਾਲਾਂ ਆਪਾਂ ਦੇਖਿਆ ਅਤੇ ਬਹੁਤ ਘੱਟ ਸੰਗਤ ਨੂੰ ਬਾਹਰ ਨਹੀਂ ਪਤਾ ਹੋਵੇ ਕੀ ਹੋਇਆ ਕਿੱਦਾਂ ਹੋਇਆ ਜਿਸ ਤਰ੍ਹਾਂ ਆਪ ਜੀ ਜ਼ਿਕਰ ਕਰ ਰਹੇ ਸੀ ਸਮੈਥਿਕ ਗੁਰੂ ਘਰ ਤੋਂ ਨਗਰ ਕੀਰਤਨ ਨਿਕਲੇ ਸਨ ਪਹਿਲੀ ਵਾਰ ਹਾਂਜੀ ਬਹੁਤ ਕੁਛ ਪਹਿਲੀ ਵਾਰ ਹੁੰਦਾ ਹੈ ਹਾਂਜੀ ਜੀ ਮੀਡੀਆ ਰਾਹੀਂ ਬਹੁਤ ਕੁਛ ਪਹਿਲੀ ਵਾਰ ਹੁੰਦਾ ਕਿ ਸੰਗਤਾਂ ਪਹਿਲੀ ਵਾਰ ਦਰਸ਼ਨ ਦੀਦਾਰੇ ਕਰਦੀਆਂ ਹਨ 550 ਸਾਲ 'ਤੇ ਆਪ
गुरसिख जिन्हों ने जीवन में 500 साढ़े 500 साल मालिक ने बख्शे, आप जी किस तरह महसूस करते हो? ये तो बहुत उच्चे भागा की गल गुरु का सिख तो महाराज के चरणों च रोज़ नमस्कार कर जाना जाता चखड़ चांगी मीह वरसे पी गुर देखण जाए। सो ये सिख का नितनेम ही है। महाराज चौथे पातशाह लिखते गुर सतगुर का जो सिख अखाए सो भलके उठर नाम त्यावे, उद्दम करे भलके प्रभाती, इसनान करे अमृतसर नावे, फिर चढ़े दिवस गुरबाणी गावे, बहद उठद हर नाम त्यावे। सो ये नाम त्याण की महाराज के चरणों पहुँचने की ये तो सिख ने तदी जिते जिते भी महाराज गए उन्हें धर्मशाल बनाई गुरद्वारा बनाया, कहते दो वेले दे सतसंगत करो। तो इदा भी कई गुरमुख दसते भी महाराज इन्नी छोड़ दे देंगे भी जे तुम दो वेले नहीं जा सकते एक वेले तो जरूर दर्शन करो। सो ये कोशिश करनी है तभी देखो किनिया संगत कई बार तुम जाओ सवेरे सवेरे दर्शन काम कर जाने तो पहला संगत नमस्कार करके जाओ। बिल्कुल तो महाराज रखवाली करते हैं। बाकी जी तुसी ये गल करते भाई गुरदास जी भी कहें जे भै भावनी के नाल जो थोड़ी भी सेवा करे तो मंजूर आ, है ना। भाई गुरदास जी कहें पाए भावनी भगत पाए कौडी अगर भाग रखे ता ही गुर सर्व निदान दान देत है। कि तुसी कौडी भी रखो तो महाराज दे जानते हैं कि जी एदी इन्नी समर्था आदि ये बहुत वा। बिल्कुल सो वह महाराज जानते हैं। सो इन्ना नहीं सोचना भी असी थोड़ा पा सकते हैं तो असी कहीए कि ना कहीए, जिन्ना कोई कर सकता उन्ना करना चाहिए। वो अपना उच्च अपने भला उच्च महाराज देखते हैं भी जानी इनू होर खजाने बख्शे। तो बाकी जी जल्दी गल देखो जो महाराज के वेले तकरीबन 550 साल पहला पानी की बहुत कमियां सी कई थाई जी। तो जिते जिते भी महाराज गए हूँ हसन अबदाल पंजा साहब उ तो थले पानी नहीं है सर, तो उपर पानी पहाड़ी तो सगा वली कंधारी को उन्हें भाई मरदा ने जिन्हें पानी नहीं दिता क्योंकि तू मुसलमान हो के तो हिंदू पीड़ के नाल घूमदा, तो गुस्से चाण के पत्थर रोड़िया महाराज ने पंजा लाता। तो पंजा ऐसा लाया वो सुनिया है भी कई ने मिटाने की कोशिश की पर वो पंजा उत्थे लगा उकरिया पत्थर से, पत्थर भी नमस्कार करता भी धन बाबा जी थोड़ा पंजा लगा मैं किदा इन मिटन देव, है ना। बिल्कुल जे दुखिया पत्थर भी कई महात्मा दसते पत्थर बहुत जून आ ये कई कई हजार लखा वरिया तो बाद पत्थर तो गांह तो बदलते आ। एक बार मैं हूँ उदी गल याद आ गई बाबा आनंद सिंह हो महापुरख तो एक बार उन्होंने तकरीबन जथे होंगे सी कीर्तन कर दे तो दसते जोड़े नाल जथे कहते भी एक बार उन्होंने तकरीबन 12-1 बजे एक बजे भी उन्होंने सानू नहीं शायद पहला शायद 12 तो पहला सानू आवाज़ दी कहते आओ कीर्तन करना। कहते अस देखे कोई उत्थे नहीं पहाड़ ते जानी है ना कीर्तन करने लाता कहते घंटा कीर्तन कहते हम जाओ हूँ आराम करो। तो कहते उन्होंने पूछा तो नहीं फिर दूजे दिन पूछा महाराज उत्थे तो कोई है भी नहीं सगा कहते कहते उत्थे आले दुआले पत्थर सानू बहुत खिच पा रहा है कहते साडा भला करो इत्थे कीर्तन करो रब का नाम लो। उन्होंने महसूस किया असी नहीं महसूस करते क्योंकि साड़ी बिरती नहीं बनी। बिल्कुल बिल्कुल। सो ये महाराज की बाणी का चमत्कार वा जिते महाराज की बाणी जिते वसदी आ उत्थे महाराज तो बख्शिश करते तो जिते महाराज ने चरण पाए आ उत्थे तो धन धन हो जानी इतने। बाकी गल ये जानी देखो उत्थे जो पंजा साहब उस तो बाद देखो महाराज ने दरबार साहब सरोवर बनाया, तरन तारण साहब सरोवर बनाया, मुक्तसर साहब सरोवर बनाया, इतने देखो इदी हसूर साहब तो बाद नानक झीर उत्थे जानी उत्ते पिंड बिदर का सारा पानी खारा सी कहते उस वेले हूँ भावें बदल गया गल वक्री आ कहते साढ़े तो महाराज ने उत्थे अपनी खदाम रखी तो उत्ते। सो महाराज ने तो भला किया जिथे भी गया ये जल की बहुत महानता आ। जिदा हूँ अजक पानी काफ़ी घट रहा जिन्ह देशों पानी ज़्यादा है वह सारे मानते कि खुशहाल हो गए क्योंकि ये जल का बहुत वड्डी बख्शिश वा नाल जल तो जिनी छेती बाणी असर करती आ ये बहुत वड्डी महान गल वा। हुण जो अमृत छकाया जाता वो जल के उत्ते बाणी पढ़ के छाया जल असर बहुत जल्दी कबूलता। बिल्कुल पिछे जो उन्होंने जल के पानी की प्रीख्या करते जानी सारी दुनिया च
ਹੁਣ ਕਹਿੰਦੇ ਦਰਬਾਰ ਸਾਹਿਬ ਦਾ ਜਿੱਦਾਂ ਜਲ ਪਵਿੱਤਰ ਹੈਗਾ, ਇੰਨਾ ਸਾਫ਼ ਵਾ, ਇੰਨਾ ਸ਼ੁੱਧ ਵਾ, ਇਹਦੇ ਬਰਾਬਰ ਕੋਹਰ ਹੈ ਹੀ ਨਹੀਂ ਕਿ ਉਹ ਬਾਣੀ ਦੀਆਂ ਤਰੰਗਾਂ ਹਰ ਵੇਲੇ ਕੋਈ ਨਾ ਕੋਈ ਕੋਈ ਨਾ ਕੋਈ ਪ੍ਰਕਰਮਾ 'ਤੇ ਬੈਠਾ, ਕੋਈ ਜਪਜੀ ਸਾਹਿਬ ਪੜ੍ਹਦਾ, ਕੋਈ ਮੂਲ ਮੰਤਰ ਪੜ੍ਹਦਾ, ਕੋਈ ਹੋਰ ਬਾਣੀ ਪੜ੍ਹਦਾ, ਬਾਅਦ ਵੀ ਸਮਾਪਤੀ ਤੋਂ ਬਾਅਦ ਵੀ ਸੇਵਾ ਹੁੰਦੀ ਆ, ਬਾਣੀ ਪੜ੍ਹੀ ਜਾਂਦੀ ਆ, 24 ਘੰਟੇ ਬਾਣੀ ਚੱਲਦੀ ਆ, ਤਾਂ ਉਹ ਬਾਣੀ ਦਾ ਪ੍ਰਭਾਵ, ਉਹ ਸਰ ਪਾਣੀ ਦਾ ਅਸਰ ਬਹੁਤ ਜਲਦੀ ਕਬੂਲ ਹੈ, ਪਾਣੀ ਅਤੇ ਮਿੱਟੀ ਵੀ ਜੀ। ਸੋ ਇਹ ਇਸੇ ਕਰਕੇ ਮਹਾਰਾਜ ਨੇ ਜਿੱਥੇ ਜਿੱਥੇ ਵੀ ਗਿਆ ਇਹ ਵੱਡੀ ਵੱਡੀ ਜਲ ਦੀ ਮਹਾਨਤਾ ਆ, ਕਿਉਂਕਿ ਮਾਰ ਕੇ ਜਲ ਹੀ ਤਾਂ ਸਭ ਉੱਜੇ, ਸਾਰਿਆਂ ਦਾ ਦੇਖਿਆ ਜਾਵੇ ਤਾਂ ਉਤਪਤੀ ਜਲ ਤੋਂ ਆ ਜੀ, ਹੈ ਨਾ। ਸੋ ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਹੈਗੀਆਂ, ਜਿੱਥੇ ਜਿੱਥੇ ਵੀ ਮਹਾਰਾਜ ਨੇ ਚਰਨ ਪਾਏ ਆ, ਜਿੱਥੇ ਜਿੱਥੇ ਕਿਸੇ ਨੇ ਬੇਨਤੀ ਕੀਤੀ ਮਹਾਰਾਜ ਇੱਥੇ ਪਾਣੀ ਦੀ ਕਿੱਲਤ ਵਾ, ਤਾਂ ਮਹਾਰਾਜ ਨੇ ਬਖਸ਼ਿਸ਼ਾਂ ਕਰਕੇ, ਜਿੱਦਾਂ ਹੁਣ ਤੁਸੀਂ ਕਿਹਾ ਰਾਜਗੀਰ, ਉੱਥੇ ਇੱਕੋ ਹੀ ਆ ਜਿਹੜਾ ਚਸ਼ਮਾ ਜਿੱਥੇ ਜਿੱਤ ਪਾਣੀ ਸੀ, ਤਾਂ ਬਿਲਕੁਲ ਜੀ ਬਿਲਕੁਲ, ਬਾਕੀ ਸਿਰਫ ਜਿਸ ਤਰ੍ਹਾਂ ਓਰਿਜਨਲ ਗਰਮ ਪਾਣੀ ਆ, 22 ਚੋਂ 21 ਇਸ ਵੇਲੇ ਵੀ ਗਰਮ ਪਾਣੀ ਦੇ। ਵਾਹਿਗੁਰੂ ਜੀ। ਜਿਸ ਤਰ੍ਹਾਂ ਉਤੀ ਸਾਹਿਬ ਜੀ ਨੇ ਆਪਾਂ ਨੂੰ ਜ਼ਿਕਰ ਕੀਤਾ, ਮਹਾਰਾਜ ਦੀ ਬਾਣੀ ਰਾਹੀਂ ਵੀ ਆਪਾਂ ਨੂੰ ਸੇਧ ਦਿੱਤੀ ਹੈ, ਸਿੱਖਾਂ ਦਾ ਵਿਰਸਾ ਜੇ ਆਪਾਂ ਦੇਖਦੇ ਹਾਂ, ਸਾਡੀ ਝੋਲੀ ਵਿੱਚ ਮਹਾਰਾਜ ਨੇ ਕਿੱਡੀਆਂ ਬਖਸ਼ਿਸ਼ਾਂ ਪਾਈਆਂ ਨੇ, ਕਿੱਡਾ ਉੱਚਾ ਵਿਰਸਾ ਮਾਲਕ ਨੇ ਸਾਨੂੰ ਬਖਸ਼ਿਆ ਹੈ, ਅਤੇ ਕਿੱਡੇ ਵਡਭਾਗੇ ਹਾਂ ਜਦੋਂ ਵੀ ਕਿਤੇ ਆਪਾਂ ਨੂੰ ਮੌਕਾ ਮਿਲਦਾ, ਗੁਰੂ ਮਹਾਰਾਜ ਕਿਰਪਾ ਕਰਦੇ ਹਨ, ਕਦੀ ਨਤਮਸਤ ਹੋ ਕੇ ਆਪਣੇ ਨੇਤਰਾਂ ਹੀ ਜੋ ਦਰਸ਼ਨ ਦੀਦਾਰੇ ਕਰਦੇ ਹਾਂ, ਕਿ ਆਪਣੇ ਨੂੰ ਬਹੁਤ ਉਸ ਸਮੇਂ ਇਨਸਾਨ ਸੋਚਦਾ ਕਿ ਕਿੰਨੀ ਮਾਲਕ ਦੀ ਰਹਿਮਤ ਕੀਤੀ ਕਿ ਇਹ ਸਮਾਂ ਬਖਸ਼ਿਆ, ਕਿਉਂਕਿ ਡੋਂਟ ਫਰਗੈਟ ਆਪਾਂ ਵੈਸਟਰਨ ਵਰਲਡ 'ਚ ਰਹਿੰਦੇ ਹਾਂ, ਜਾਣਾ ਆਉਣਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ, ਕਮਿਟਮੈਂਟਸ ਬੰਦੇ ਦੀਆਂ, ਕੰਮਾਂ ਕਾਰਾਂ ਦੀਆਂ, ਬੱਚਿਆਂ ਦੀਆਂ, ਤੋਂ ਬੜੀ ਵਾਰੀ ਭਾਗਾਂ ਦੇ ਨਾਲ ਕਿਤੇ ਜਾ ਹੁੰਦਾ ਹੈ, ਪਰ ਜਦੋਂ ਜਾਂਦੇ ਹਾਂ, ਜਦੋਂ ਦਰਸ਼ਨ ਦੀਦਾਰੇ ਕਰਦੇ ਹਾਂ, ਹੁਣ ਕਿਉਂਕਿ ਮੀਡੀਆ ਦਾ ਯੁੱਗ ਹੈ, ਹਰ ਸਥਾਨ ਦਾ ਆਪਾਂ ਨੂੰ ਪਤਾ ਲੱਗੀ ਜਾ ਰਿਹਾ ਹੈ, ਸਾਡੀ ਜਨਰੇਸ਼ਨਾਂ ਨੂੰ ਪਤਾ ਲੱਗੀ ਜਾ ਰਿਹਾ ਹੈ, ਔਰ ਬੱਚਿਆਂ ਨੂੰ ਪਤਾ ਲੱਗੀ ਜਾ ਰਿਹਾ ਵੀ ਕੀ ਚੀਜ਼ ਨੇ, ਹੁਣ ਕਈ ਬੱਚੇ ਮੈਨੂੰ ਪੁੱਛਦੇ ਸ਼ੀਤਲ ਕੁੰਡ ਕੀ ਹੈ, ਉਹਨੂੰ ਕਿਉਂਕਿ ਪਤਾ ਨਹੀਂ, ਤੁਸੀਂ ਵੀ ਦੱਸਦੇ, ਫਿਰ ਬੱਚੇ ਦੀ ਕਹਿੰਦੇ ਅੱਛਾ ਕਿੰਨੀ ਦੂਰ ਆ ਪਟਨੇ ਤੋਂ, ਫਿਰ ਪਤਾ ਲੱਗਦਾ ਵੀ ਇਹ ਮਹਾਰਾਜ ਜਦੋਂ ਪਟਨੇ ਆਏ ਨੇ ਤਾਂ ਉਦੋਂ ਦੇ ਸਮੇਂ ਦੇ ਵਿੱਚ ਹੈ, ਜਿਹੜਾ ਕਿ ਬਿਹਾਰ ਸਰਕਾਰ ਸਿੱਖ ਸਰਕਿਟ ਬਣਾਉਣ ਦੇ ਉਪਰਾਲੇ ਵਿੱਚ ਲੱਗੀ ਹੋਈ ਹੈ, ਕਿ ਜਿਹੜੇ 6 ਸਥਾਨ ਪਟਨਾ ਸਾਹਿਬ ਅਤੇ ਰਾਜਗੀਰ, ਇਹ ਸਾਰੇ ਕਨੈਕਸ਼ਨ ਬਣ ਜਾਵੇ, ਜਦੋਂ ਸੰਗਤਾਂ ਆਉਣ ਉਹ ਦਰਸ਼ਨ ਦੀਦਾਰੇ ਕਰਕੇ ਨਤਮਸਤਕ ਹੋ ਕੇ ਆਪਣੇ ਵਾਪਸ ਜਾ ਸਕਦੇ ਹਨ। ਆਪ ਜੀ ਕਿਉਂਕਿ ਮਾਵਾਂ ਦਾ ਬਹੁਤ ਵੱਡਾ ਇੱਕ ਰੋਲ ਹੈ, ਧੀਆਂ ਦਾ ਬਹੁਤ ਵੱਡਾ ਇੱਕ ਰੋਲ ਹੈ, ਜਿਹੜਾ ਮਹਾਰਾਜ ਨੇ ਸਾਨੂੰ ਬਖਸ਼ਿਆ ਕਿ ਮਹਾਰਾਜ ਨੇ ਇਸ ਚੀਜ਼ ਨੂੰ ਬਹੁਤ ਉੱਚਾ ਦੱਸਿਆ ਹੈ। ਆਪ ਜੀ ਵੀ ਵਿਚਰਦੇ ਹੋ, ਬੱਚਿਆਂ ਦੇ ਵਿੱਚ ਵਿਚਰਦੇ ਹੋ, ਲੇਡੀਜ਼ ਸਿਆਣੇ ਮਾਵਾਂ ਵਿੱਚ ਵਿਚਰਦੇ ਹੋ, ਭਾਵਨਾ ਕਿਉਂਕਿ ਹੁਣ ਆਪਾਂ ਜਦੋਂ ਕਰਦੇ ਹਾਂ ਮਾਲਕ ਦੀ ਕਿਰਪਾ ਨਾਲ ਆਪਾਂ ਨੂੰ ਜਦੋਂ ਸੰਗਤਾਂ ਵੀ ਮਿਲਦੀਆਂ ਹਨ, ਆਪ ਜੀ ਬਿਲੀਵ ਕਰੋ ਕਿ ਵੀਕਐਂਡ 'ਤੇ ਇੱਕ ਸਿਆਣੇ ਆਂਟੀ ਜੀ ਨੇ ਮੈਨੂੰ ਆਵਾਜ਼ ਮਾਰ ਕੇ ਕਿ ਜੀ ਪੁੱਤ ਹਨ ਮੇਰੇ 20 ਪਾਉਂਡ ਸ਼ੀਤਲ ਕੁੰਡਲੇ ਪਾ ਦਿਓ ਗੁਰੂ ਘਰ ਦੇ ਵਿੱਚ। ਦੇਖੋ ਅਸੀਂ ਆਪਣੇ ਵੱਡੇ ਭਾਗੇ ਸਮਝੀਦਾ ਕਿ ਸੱਚੇ ਪਾਤਸ਼ਾਹ ਪਤਾ ਨਹੀਂ ਕੀ ਰਹਿਮਤ ਆਪ ਜੀ ਨੇ ਕਿਹੜੀ ਸੇਵਾ ਦੀ ਡਿਊਟੀ ਲਾਈ ਹੋਈ ਹੈ, ਕਿ ਕਿੱਡੀਆਂ ਇਹ ਬਖਸ਼ੀਆਂ ਹੋਈਆਂ ਰੂਹਾਂ ਤੁਹਾਨੂੰ ਕਿਸ ਤਰ੍ਹਾਂ ਸੇਵਾ ਦਿੰਦੀਆਂ ਨੇ। ਆਪ ਜੀ ਵੀ ਥੋੜ੍ਹਾ ਜਿਹਾ ਦੇਖੋ, ਕਿਉਂਕਿ ਜਨਰੇਸ਼ਨ ਦੇ ਨਾਲ, ਯੰਗਸਟਰ ਦੇ ਨਾਲ ਵੀ ਆਪ ਥੋੜ੍ਹਾ ਜਿਹਾ ਸਾਂਝ ਪਾਓ। ਜਿਹੜੀ ਆਪਣੀ ਓਲਡਰ ਜਨਰੇਸ਼ਨ ਆ, ਜਿਸ ਤਰ੍ਹਾਂ ਆਪ ਜੀ ਨੇ ਕਿਹਾ, ਸਾਡੇ ਨਾਲ ਵੀ ਇਸ ਤਰ੍ਹਾਂ ਵਿਕ ਸੁਖੀ ਨਹੀਂ ਆਈ, ਅੱਜ ਗੁਰਦੁਆਰੇ ਨਹੀਂ ਆਈ, ਅੱਛਾ ਕਿਹੜੇ ਦਿਨ ਆਉਣਾ, ਕਿੰਨੇ ਵਜੇ ਆਉਣਾ, ਨਹੀਂ ਉਹ ਕਿਸੇ ਹੋਰ ਕੋਲ ਸੇਵਾ ਫੜਾ ਜਾਂਦੇ ਵੇ, ਆਹ ਸੇਵਾ ਸਾਡੀ ਉੱਥੇ ਪਾ ਦਿਓ। ਹੁਣ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੀ ਇੱਕ ਸਾਡੀ ਮਾਂ ਸੀਗੀ, ਅਤੇ ਉਹ ਸਾਡੀ ਮੰਮ ਨੂੰ ਕਹਿੰਦੇ ਆਹ ਸੇਵਾ ਦੇ ਦਿਓ ਆਪਣੀ ਕੁੜੀ ਨੂੰ, ਉੱਥੇ ਪਾ ਦਿਓ। ਸਰ ਤੁਸੀਂ ਤਾਂ ਉੱਥੇ ਰਹਿੰਦੇ ਸਾਰਾ ਦਿਨ, ਸਾਡੇ ਥਰੂ ਕਿਉਂ ਦੇਣੀ ਹੋ, ਉੱਥੇ ਆਪ ਦਿਓ। ਨਹੀਂ ਨਹੀਂ ਅਸੀਂ ਕੁੜੀ ਨੂੰ ਦੇਣੀ ਆ, ਉਹ ਪਾ ਕੇ ਆਵੇ ਉੱਥੇ, ਅਸੀਂ ਕਿ ਮੁੜ ਕੇ ਵੀ ਤਾਂ ਇੱਥੇ ਹੀ ਆਉਣੀ ਆ, ਪਰ ਉਹ ਆਪਣੀ ਆਪਣੀ ਭਾਵਨਾ ਹੁੰਦੀ ਹੈ। ਅਤੇ ਜਿਹੜੇ ਹੁਣ ਆਪਣੇ ਯੰਗਸਟਰਸ ਆ, ਉਹਨਾਂ ਨੂੰ ਕਈ ਵਾਰੀ ਥੋੜ੍ਹਾ ਜਿਹਾ ਨਾਲ ਖਿੱਚਣਾ ਪੈਂਦਾ, ਸਮਝਾਉਣਾ ਪੈਂਦਾ, ਬਿਕਾਜ਼ ਵੀ ਡੋਂਟ ਆਲਵੇਜ਼ ਅੰਡਰਸਟੈਂਡ। ਹੁਣ ਕਈ ਸਾਲ ਪਹਿਲਾਂ ਮਹਾਰਾਜ ਦੀ ਬਹੁਤ ਅਪਾਰ ਕਿਰਪਾ ਹੋਈ, ਸਾਨੂੰ ਇੱਕ ਗੁਰਸਿੱਖ ਨੌਜਵਾਨ ਮਿਲੇ, ਅਤੇ ਅਸੀਂ ਬੈਠੇ ਬੈਠੇ ਕੰਮ 'ਤੇ ਗੱਲਾਂ ਕਰਨ ਲੱਗ ਪਏ, ਅਤੇ ਉੱਥੇ ਆਪਣੇ ਕਈ ਸਿੱਖਸ ਕੰਮ ਕਰਦੇ ਸਨ, ਅਤੇ ਅਸੀਂ ਸੋਚਿਆ ਕਿ ਕਿਉਂ ਨਾ ਆਪਾਂ ਇਕੱਠੇ ਹੋ ਕੇ ਕੋਈ ਸੇਵਾ ਕਰੀਏ। ਅਤੇ ਉਹ ਕੁਦਰਤੀ ਮਹਾਰਾਜ ਨੇ ਜੋ ਬਣਤ ਬਣਾਉਣੀ ਸੀ ਸਾਨੂੰ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਦੀ ਸੇਵਾ ਮਿਲ ਗਈ, ਅਸੀਂ ਇਕੱਠਿਆਂ ਨੇ ਹੋ ਕੇ ਕੀਤੀ। ਪਰ ਫਿਰ ਜਿੱਦਾਂ ਸੰਗਤਾਂ ਆਈਆਂ, ਉਹਨਾਂ ਦੇ ਪਰਿਵਾਰ ਆਏ, ਉਹਨਾਂ ਦੇ ਬੱਚੇ ਆਏ, ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਸਨ, ਦੇ ਵਰ ਸ਼ੌਕਡ। ਦੇਖੋ ਇੰਨੇ ਯੰਗ ਪੀਪਲ ਅੱਗੇ ਕਦੀ ਆਏ ਨਹੀਂ ਗੁਰਦੁਆਰੇ ਸਾਹਿਬ ਦੇ ਵਿੱਚ, ਤੁਸੀਂ ਲੈ ਕੇ ਕਿੱਦਾਂ ਆਏ? ਪਰ ਇਟਸ ਜਸਟ ਯੂ, ਸੰਬੜੀ ਹੈਜ਼ ਟੂ ਲੀਡ ਐਂਡ ਸੰਬੜੀ ਹੈਜ਼ ਟੂ ਹੈਵ ਦ ਡਰਾਈਵ ਐਂਡ ਪੈਸ਼ਨ।
ਇਸੇ ਤਰ੍ਹਾਂ ਜਿੱਦਾਂ ਅੱਜ ਕੱਲ੍ਹ ਯੂਨੀਵਰਸਿਟੀਆਂ ਚ ਵੀ ਨਾ ਸਿੱਖ ਸੋਸਾਇਟੀਆਂ ਬਣੀਆਂ ਹੈਗੀਆਂ, ਬਹੁਤ ਅੱਛਾ ਪ੍ਰੋਗਰਾਮ ਜ਼ਰੂਰੀ ਹੈਗੀ ਆ, ਕਿਉਂਕਿ ਜਿਹੜੇ ਜਿਹੜੇ ਨੌਜਵਾਨ ਸਿੱਖ ਸਮਝਦੇ ਹੈਗੇ ਆ ਇਧਰਲੇ ਪਾਸੇ ਨੂੰ ਹੋਰ ਗਾਂ ਤੋਂ ਗਾਂ ਜਾਣੀ ਹੋਰ ਉਹਨਾਂ ਨੂੰ ਜੋੜਨ ਕਿ ਜਾਣੀ ਲੱਗਣ ਲਾਉਂਦੇ ਨੇ ਯੂਨੀਵਰਸਿਟੀ ਵਿੱਚ, ਬੜੇ ਅੱਛੇ ਵੱਡੇ ਵੱਡੇ ਪ੍ਰੋਗਰਾਮ ਕਰਦੇ ਨੇ ਕਿਉਂਕਿ ਉਹ ਨਾ ਅੱਗੇ ਲੈ ਕੇ ਜਾਣਾ, ਕਿਉਂਕਿ ਠੀਕ ਆ ਅਸੀਂ ਅੰਗਰੇਜ਼ੀ ਜਾਣਦੇ ਪਰ ਸਾਡੀ ਇੰਨੀ ਅੰਗਰੇਜ਼ੀ ਉੰਨੀ ਵਧੀਆ ਨਹੀਂ ਹੈ ਜਿੰਨਾ ਅਸੀਂ ਪੂਰਾ ਪੂਰੀ ਤਰ੍ਹਾਂ ਸਮਝਾ ਸਕੀਏ। ਸੋ ਇਹ ਬਹੁਤ ਸਾਰਿਆਂ ਦਾ ਫਰਜ਼ ਬਣਦਾ ਮਹਾਰਾਜ ਬਾਰੇ ਆਪ ਜਾਣੀਏ ਅਤੇ ਨਾਲ ਕਮ ਸੇ ਕਮ ਜਿਹੜੇ ਆਪਣੇ ਪਰਿਵਾਰ ਆ ਉਹਨਾਂ ਨੂੰ ਮਹਾਰਾਜ ਦੀਆਂ ਸਾਖੀਆਂ ਸੁਣਾਈਏ, ਉਹਨਾਂ ਨੂੰ ਮਹਾਰਾਜ ਦੀਆਂ ਗੱਲਾਂ ਦੱਸੀਏ ਵੀ ਮਹਾਰਾਜ ਕਿੰਨੇ ਦਿਆਲੂ ਸੀਗੇ, ਕਿਉਂ ਜੇ ਸਾਨੂੰ ਕਹਿੰਦੇ ਦਸਵੰਦੇ ਹੁੰਦੇ ਆਪ ਤਾਂ ਮਹਾਰਾਜ ਪੂਰੇ ਦੇਈ ਜਾਂਦੇ ਆ, ਬਿਲਕੁਲ 20 ਰੁਪਏ ਦਿੱਤੇ ਖਰਚਣ ਨੂੰ ਮਹਾਰਾਜ ਨੇ ਸਾਰੇ ਦੇਖੋ ਮਹਾਰਾਜ ਅੱਜ ਵੀ ਦੇਈ ਜਾਂਦੇ ਆ, ਅੱਜ ਵੀ ਦੇਈ ਜਾਂਦੇ ਆ, ਮਹਾਰਾਜ ਕਿੱਦਾਂ ਝੋਲੀਆਂ ਭਰਦੇ ਆ ਕਿੱਦਾਂ ਭਰਦੇ। ਇਹ ਸਾਰੇ ਸਾਰੀ ਦੁਨੀਆ ਦੀਆਂ ਸਾਰੀਆਂ ਗੌਰਮੈਂਟਾਂ ਮੰਨਦੀਆਂ ਸਿੱਖ ਬਹੁਤ ਮਿਹਨਤੀ ਆ, ਹਾਂਜੀ ਸਿੱਖ ਸਾਰੇ ਸਿੱਖਾਂ ਦੇ ਕਹਿੰਦੇ 92% ਸਿੱਖ ਆ ਜਿਨ੍ਹਾਂ ਦੇ ਆਪਣੇ ਘਰ ਹੈਗੇ ਆ, ਨਹੀਂ ਤਾਂ ਹੋਰ ਕਿਸੇ ਕਮਿਊਨਿਟੀ ਦੇ ਉਸ ਹਿਸਾਬ ਨਾਲ ਨਹੀਂ ਹੈਗੇ। ਜਿੰਨਾ ਸਿੱਖ ਟੈਕਸ ਦਿੰਦੇ ਆ ਉਹਨਾਂ ਸਾਰੀ ਦੁਨੀਆ 'ਚ ਵੱਖਰੇ ਵੱਖਰੇ ਦੇਸ਼ਾਂ 'ਚ ਸਾਰੀਆਂ ਗੌਰਮੈਂਟਾਂ ਮੰਨਦੀਆਂ, ਐਵੇਂ ਨਹੀਂ ਮਾਰੀਏ ਸਭ ਤੋਂ ਵੱਡਾ ਸਤਿਗੁਰੂ ਨਾਨਕ ਇਹ ਆਪਾਂ ਉੱਦੇ ਨਹੀਂ ਕਹਿ ਦਈਦੇ ਕਿਉਂਕਿ ਮਾਰੇ ਆਪ ਅਕਾਲ ਪੁਰਖ ਆਏ ਹੈ। ਬਿਲਕੁਲ, ਕਿਉਂਕਿ ਕੰਨ ਕਰਾਵਣ ਹਾਰ ਸਵਾਮੀ ਕਰੋਨਾ ਮਹਾਰਾਜ ਨੇ ਆਪ ਆ, ਕਈ ਵਾਰੀ ਆਪਾਂ ਨੂੰ ਥੋੜ੍ਹਾ ਜਿਹਾ ਧੱਕਾ ਲਾਉਣਾ ਪੈਂਦਾ ਆ, ਯੂ ਹੈਵ ਟੂ ਮੇਕ ਪੀਪਲ ਅੰਡਰਸਟੈਂਡ ਐਂਡ ਟੇਕ ਓਨਰਸ਼ਿਪ, ਕਿਉਂਕਿ ਕਈ ਇਸ ਤਰ੍ਹਾਂ ਦੇ ਵੀ ਹੁੰਦੇ ਜੋ ਜਵਾਬ ਸਵਾਲ ਕਰਦੇ ਆ ਉਹ ਵਾਈ 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 ਦੈਨ ਯੂ ਹੈਵ ਟੂ ਐਕਸਪਲੇਨ ਵੀ ਜੀ ਸਾਡੇ ਜਿੱਥੇ ਵੀ ਗੁਰੂ ਮਹਾਰਾਜ ਪਹੁੰਚੇ ਹਨ ਜਿੱਥੇ ਵੀ ਆਪਣੀ ਕੋਈ ਚੀਜ਼ ਬਣੀ ਹੋਈ ਆ ਆਪਾਂ ਸੰਭਾਲ ਕਰਨੀ ਆ, ਅਤੇ ਜੇ ਆਪਾਂ ਉਹਦੀ ਅੱਜ ਸੰਭਾਲ ਕਰਾਂਗੇ ਕੱਲ੍ਹ ਨੂੰ ਸਾਡੀ ਨਵੀਂ ਪੀੜ੍ਹੀ ਵੀ ਉੱਠੂਗੀ, ਓਨਰਸ਼ਿਪ ਲਊਗੀ, ਸੰਭਾਲ ਕਰੂਗੀ। ਸੋ ਇਟਸ ਵੈਰੀ ਇੰਪੋਰਟੈਂਟ ਕਿ ਆਪਾਂ ਓਨਰਸ਼ਿਪ ਲਈਏ, ਅਤੇ ਇਸੇ ਕਰਕੇ ਅਸੀਂ ਕਹੀਦਾ ਨਾ ਇੰਸਟੈਡ ਆਫ ਆਮ ਸੇਇੰਗ ਨਹੀਂ ਨਹੀਂ ਸੇਵਾ ਕਰਨੀ ਹੈ ਹਸਟ ਪੀ ਲਾਜ ਸਮਸ, ਨਹੀਂ ਸੇਵਾ ਕਰਨੀ ਹੈ ਡ੍ਰਿਪ ਫੀਡ ਕਰੋ, ਆਦਤ ਪਾਓ, ਆਦਤ ਪਾਓ, ਆਦਤ ਪਾਓ, ਬਿਲਕੁਲ ਉਹ ਦਸਵੰਧ ਕੱਢਣ ਦੀ ਆਦਤ ਪਾਓ, ਡਾਇਰੈਕਟ ਡੈਬਿਟ ਸੈਟਅਪ ਕਰ ਦਿਓ, ਜਿਵੇਂ ਬਾਕੀ ਬਿੱਲ ਜਾਂਦੇ ਉਹ ਵੀ ਜਾਈ ਜਾਣੀ ਆ, ਪਤਾ ਵੀ ਨਹੀਂ ਲੱਗਣਾ, ਸੋ ਯੂ ਡੋਂਟ ਮਿਸ ਇਟ, ਦੈਟਸ ਦ ਬਿਗ ਥਿੰਗ, ਕਿਉਂਕਿ ਮਹਾਰਾਜ ਕਹਿੰਦੇ ਨਾ ਇੱਕ ਹੱਥ ਨੂੰ ਪਤਾ ਨਹੀਂ ਦੂਸਰੇ ਹੱਥ ਨੇ ਕੀ ਦੇ ਦਿੱਤਾ, ਐਂਡ ਜਦੋਂ ਆਪਾਂ ਉਹ ਈਗੋ ਉਹ ਹੋਮੇ ਅਹੰਕਾਰ ਨੂੰ ਸੈਲਫਲੈਸ ਸੇਵਾ ਕਰਦੇ, ਕਿਉਂਕਿ ਗੁਰੂ ਜੀ ਦੀ ਇੰਪੋਰਟੈਂਸ ਹੈਗੀ ਆ ਸੈਲਫਲੈਸ ਸੇਵਾ 'ਤੇ, ਨਿਸ਼ਕਾਮ ਸੇਵਾ 'ਤੇ, ਕਿ ਉਹ ਤਨ ਮਨ ਧਨ ਦੇ ਨਾਲ ਕਰੋ, ਪਰ ਫਿਰ ਕਿਸੇ ਨੂੰ ਜਾ ਕੇ ਡੰਡੋਰਾ ਨਾ ਪਿੱਟੋ ਕਿ ਅਸੀਂ ਜੀ ਸੇਵਾ ਕਰਕੇ, ਬਹੁਤ ਸੰਗਤਾਂ ਸੇਵਾ ਕਰਦੀਆਂ ਜੀ ਗੁਪਤ ਕਰਦੀਆਂ। ਸੋ ਇੱਕ ਵਾਰੀ ਇੱਦਾਂ ਗੱਲ ਸਿਰਫ ਜਾਣੀ ਕਿ ਇਹ ਗੁਪਤ ਜਿੰਨੇ ਕੋਈ ਕਰ ਸਕੇ ਉਨੇ ਵਧੀਆ, ਇੱਕ ਵਾਰੀ ਕੋਈ ਇੱਦਾਂ ਬਹੁਤ ਮਹਾਂਪੁਰਖ ਸੀਗੇ ਅਤੇ ਜਾਣੀ ਕਿੰਨੀ ਹਉਮੈ ਛੱਡ ਦਿੰਦੇ ਆ, ਤਾਂ ਉਹਨਾਂ ਨੂੰ ਕਹਿੰਦੇ ਵੀ ਆਪੇ ਪ੍ਰਭੂ ਦੇ ਹੀ ਦਰਸ਼ਨ ਹੋਏ, ਕਹਿੰਦੇ ਵੀ ਤੂੰ ਅਸੀਂ ਤੇਰੇ 'ਤੇ ਬਖਸ਼ਿਸ਼ ਕਰਨੇ ਚਾਹੁੰਦੇ ਹਾਂ, ਜਿਹਦੇ ਤੂੰ ਸਿਰ 'ਤੇ ਹੱਥ ਰੱਖੇ ਉਹ ਜੇ ਗਰੀਬ ਆ ਤਾਂ ਧਨਵਾਨ ਹੋ ਜਾਵੇ, ਜੇ ਕੋਈ ਦੁਖੀ ਆ ਤਾਂ ਸੁਖੀ ਹੋ ਜਾਵੇ। ਕਹਿੰਦੇ ਨਹੀਂ ਮਹਾਰਾਜ ਜੀ ਇਹ ਨਾ ਮੈਨੂੰ ਦਿਓ। ਕਹਿੰਦੇ ਤੂੰ ਨਹੀਂ ਚਾਹੁੰਦਾ ਵੀ ਕੋਈ ਦੁਖੀ ਸੁਖੀ ਹੋਵੇ, ਤੂੰ ਨਹੀਂ ਚਾਹੁੰਦਾ ਗਰੀਬ ਧਨਵਾਨ? ਕਹਿੰਦਾ ਹਾਂ। ਕਹਿੰਦੇ ਜੀ ਮੈਨੂੰ ਪਤਾ ਲੱਗੂਗਾ ਮੇਰੇ ਹੱਥ ਰੱਖੇ ਤਾਂ ਫਿਰ ਮੈਨੂੰ ਹੰਕਾਰ ਹੋ ਜਾਣਾ। ਕਹਿੰਦੇ ਤੁਸੀਂ ਇੱਦਾਂ ਕਰੋ ਮਹਾਰਾਜ ਬਖਸ਼ਿਸ਼ ਕਰਨੀ ਹੈ ਤਾਂ ਇੱਦਾਂ ਕਰੋ ਜਿੱਧਰ ਦੀ ਮੈਂ ਲੱਗ ਜਾਉਂ ਮੇਰੇ ਪਰਛਾਵੇਂ ਦੇ ਨਾਲ ਹੋ ਜਾਵੇ, ਮੈਨੂੰ ਪਤਾ ਨਾ ਲੱਗੇ, ਹੈ ਨਾ, ਮੇਰੇ ਲੰਘਣ ਦੇ ਪਰਛਾਵੇਂ ਦੇ ਨਾਲ ਜੇ ਕੋਈ ਗਰੀਬ ਆ ਤਾਂ ਅਮੀਰ ਹੋ ਜਾਵੇ, ਕੋਈ ਦੁਖੀ ਆ ਤਾਂ ਸੁਖੀ ਹੋ ਜਾਵੇ, ਮੈਨੂੰ ਪਤਾ ਲੱਗੇ, ਨਹੀਂ ਤਾਂ ਮੈਨੂੰ ਹੰਕਾਰ ਹੋ ਜਾਣਾ। ਸੋ ਬੰਦਾ ਕਰਦਾ ਇਹ ਹੰਕਾਰ ਤੋਂ ਹੋ ਕੇ ਹੋਮੇ ਰਹਿਤ ਹੋ ਕੇ ਬਚਣਾ ਬਹੁਤ ਔਖਾ ਵੀਰ ਜੀ, ਕਿਉਂਕਿ ਆਪਾਂ ਦੁਨਿਆਵੀ ਲੋਕ ਆ ਐਂਡ ਈਗੋ ਇਜ਼ ਜਸਟ ਵਨ ਆਫ ਦੋਸ ਮੇਜਰ ਸੋਰ ਬੋਨਸ ਦੈਟਸ ਥੇਅਰ, ਉਹਨੂੰ ਇਰੈਡੀਕੇਟ ਕਰਨਾ, ਉਹਨੂੰ ਬ੍ਰੇਕ ਡਾਊਨ ਕਰਨਾ, ਉਹਨੂੰ ਆਪਣੇ ਵਿੱਚੋਂ ਕੱਢਣਾ, ਉਹਨੂੰ ਬਹੁਤ ਔਖਾ ਆ। ਤੁਸੀਂ ਮਹਾਰਾਜ ਨੇ ਕਹਿੰਦਾ ਹੋਮੇ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਇੱਦਾਂ ਹੀ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਕਹਿੰਦੇ ਵੀ ਜਾਣੀ ਬੰਦੇ ਨੂੰ ਇੱਦਾਂ ਹੀ ਦਿੱਤਾ ਵੀ ਮੈਂ ਬਹੁਤ ਵੱਡਾ ਕਵੀ ਹਾਂ, ਮੈਂ ਬਹੁਤ ਵੱਡਾ ਸਿਆਣਾ ਹਾਂ, ਇਹ ਨਹੀਂ ਵੀ ਇਕੱਲੇ ਪੈਸੇ ਦੀ ਗੱਲ ਆ, ਬਿਲਕੁਲ ਉਹ ਥੋੜ੍ਹੀ ਜਿਹੀ ਵੀ ਹੰਕਾਰ ਹੋ ਜਾਂਦਾ, ਮੈਨੂੰ ਤਾਂ ਜਿੰਨਾ ਮੈਂ ਜਾਣਦਾ ਹੋਰ ਕੋਈ ਨਹੀਂ ਜਾਣਦਾ, ਬਿਲਕੁਲ ਉਹ ਇਹਨਾਂ ਗੱਲਾਂ ਇਹ ਗੱਲਾਂ ਬੰਦੇ ਥੱਲੇ ਲੈ ਜਾਂਦੀਆਂ। ਭੈਣ ਜੀ ਕਹਿ ਰਹੇ ਸਨ ਕਿ ਬੱਚਿਆਂ ਨੂੰ ਹੁਣ ਕਹਿਣਾ ਪੈਂਦਾ ਜੇ ਤੁਸੀਂ ਆਪਾਂ ਜੇ 100 ਸਾਲ ਪਿੱਛੇ ਝਾਤੀ ਮਾਰੀਏ ਵੱਡੇ ਵਡੇਰਿਆਂ ਨੂੰ, ਨਾ ਤਾਂ ਡਾਇਰੈਕਟ ਡੈਬਿਟ ਸਨ ਨਾ ਕਮਾਈਆਂ ਜ਼ਿਆਦਾ ਸੀ, ਪਰ ਤੁਸੀਂ ਉਹਨਾਂ ਦੇ ਦੇਖ ਲਓ ਕਿੰਨੀ ਦਇਆ ਸੀ। ਜੇ ਆਪਾਂ ਆਪਣੇ ਬਜ਼ੁਰਗਾਂ ਨੂੰ ਦਾਦੇ ਪੜਦਾਦਿਆਂ ਨੂੰ ਝਾਤੀ ਮਾਰ ਲਈਏ, ਆਪਣੇ ਬੱਚਿਆਂ ਦਾ ਕਰਨਾ, ਪਿੰਡ ਵਾਲਿਆਂ ਦਾ ਕਰਨਾ, ਚਾਚੇ ਤਾਇਆਂ ਦਾ ਕਰਨਾ, ਜੇ ਥੋੜ੍ਹੇ ਜਿਹੇ ਵੈਲਫੇਅਰ ਸਾਰਿਆਂ ਦਾ ਭਲਾ ਕਰਨਾ ਜੀ, ਪੜ੍ਹਾ ਦਈਏ, ਵਿਆਹ ਕਰ ਦਈਏ, ਬੜਾ ਵੱਡਾ ਇੱਕ ਉਹਨਾਂ ਟਾਈਮ ਦੇ ਵਿੱਚ ਦੇਖੋ ਕਿੱਡੇ ਦਿਲ ਸਨ। ਹਾਂਜੀ, ਹੁਣ ਜੇ ਆਪਾਂ ਦੇਖੀਏ ਜਦੋਂ ਸਿੱਖਸ ਪਹਿਲਾਂ ਆਏ 1950s 1960s ਦੇ ਵਿੱਚ, ਉਹਨਾਂ ਨੂੰ 3 ਪਾਊਂਡ ਜਨਰੇਸ਼ਨ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਦੀ ਜੇਬ ਦੇ ਵਿੱਚ ਸਿਰਫ 3 ਪਾਊਂਡ ਸੀ। ਜੇ ਹੁਣ ਆਪਾਂ ਇੰਗਲੈਂਡ ਹੀ ਦੇਖ ਲਈਏ ਤਾਂ ਆਪਣੇ ਅੱਜ ਗੁਰਦੁਆਰੇ ਕਿੰਨੇ ਹਨ, ਅਤੇ ਇਹ ਵਿਚਾਰੇ ਪੜ੍ਹੇ ਲਿਖੇ ਵੀ ਜਿਹੜੇ ਸੀਗੇ
ਉਹ ਵੀ ਫੈਕਟਰੀਆਂ 'ਚ ਧੱਕੇ ਖਾਂਦੇ ਫਿਰਦੇ ਸੀ, ਕੋਈ ਸੀ ਜਿਹਨੇ ਕੋਨੇ ਸ਼ੋਪ ਖੋਲ ਲਈ ਜਾਂ ਕੋਈ ਫੈਕਟਰੀ ਪਾ ਲਈ, ਉਹ ਉਸ ਬੱਸ ਡਰਾਈਵਰ ਲੱਗ ਗਏ, ਪਰ ਆਮ ਤੌਰ 'ਤੇ ਉਹ ਸਾਰੇ ਤੋਂ ਗੰਦੀਆਂ ਗੰਦੀਆਂ ਜੋਬਸ ਕਰਦੇ ਸੀ, ਪਰ ਅੱਜ ਦੇਖੋ ਕਿੱਥੇ ਆ ਪਹੁੰਚ ਕੇ ਮਹਾਰਾਜ ਦੀ ਕਿਰਪਾ ਦੇ ਨਾਲ। ਮਿਹਨਤ ਜਿੱਦਾਂ ਮਹਾਰਾਜ ਨੇ ਸਾਨੂੰ ਕਿਹਾ ਦਸਾਂ ਦੀ ਕਿਰਤ ਕਮਾਈ ਕਰਨੀ, ਤਨ ਮਨ ਧਨ ਨਾਲ ਦੇਖੋ ਸੇਵਾ ਕਰਨੀ, ਅਸਥਾਨਾਂ ਦੀ ਆਪਾਂ ਗੱਲ ਕਰਦੇ, ਇਹ ਮਹਾਰਾਜ ਦੀ ਕਿਰਪਾ ਹੀ ਹੈ। ਜਿਹੜੇ ਸੋਹਣੇ ਸਥਾਨ ਹਰ ਸ਼ਹਿਰਾਂ ਵਿੱਚ ਬਣੇ ਹੋਏ ਹਨ, ਸੇਵਾ ਭਾਵਨਾ ਸ਼ਰਧਾ ਭਾਵਨਾ ਨਾਲ ਸੰਗਤਾਂ ਜਾਂਦੀਆਂ ਹਨ, ਅਤੇ ਜਿਹੜੀ ਸਾਡੀ ਮੇਨ ਪੰਜਾਬੀ ਵਿਰਸਾ, ਸਾਡੀ ਪੰਜਾਬੀ ਕਲਚਰ, ਪੰਜਾਬੀ ਮਾਂ ਬੋਲੀ ਗੁਰੂ ਘਰਾਂ 'ਚ ਸਿਖਾਈ ਸ਼ੁਰੂ ਹੋਈ, ਹੁਣ ਐਜੂਕੇਸ਼ਨ ਇੰਸਟੀਟਿਊਸ਼ਨ ਉਹ ਚਲਾ ਰਹੇ ਹਨ। ਇਹ ਹਰ ਗੁਰੂ ਘਰ ਨੇ ਉਪਰਾਲਾ ਕੀਤਾ, ਜਿੱਦਾਂ ਦੀ ਮਰਜ਼ੀ ਸਮੇਂ ਦੀਆਂ ਕਮੇਟੀਆਂ ਸਨ, ਸਾਰਿਆਂ ਨੇ ਉਪਰਾਲਾ ਕੀਤਾ, ਤਾਂ ਜਾ ਕੇ ਅੱਜ ਸਾਡੇ ਯੂਕੇ ਦੇ ਵਿੱਚ ਸਿੱਖੀ ਪ੍ਰਫੁੱਲਤ ਹੈ। ਬਿਲਕੁਲ, ਗੁਰੂ ਮਹਾਰਾਜ ਦੀ ਕਿਰਪਾ ਹੈ, ਬਖਸ਼ਿਸ਼ ਹੈ। ਪਰ ਆਪਣਾ ਸਮਾਂ ਵੀ ਥੋੜ੍ਹਾ ਲਾਗੇ ਹੋ ਚੱਲਿਆ ਹੈ, ਟਾਈਮ ਤਾਂ ਪਤਾ ਨਹੀਂ ਲੱਗਦਾ। ਇੱਕ ਵਾਰੀ ਨੰਬਰ ਫਿਰ ਦੂਰ ਦਰਾਜ ਦੀਏ, 01213691380 ਲਾਈਨਸ ਖੁੱਲ੍ਹੀਆਂ ਹਨ, ਜਿਹਨਾਂ ਨੇ ਵੀ ਫੋਨ ਕਰਕੇ ਇਹਨਾਂ ਕਾਰ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਹੋਣ, ਆਪ ਜੀ ਪਾ ਸਕਦੇ ਹੋ। ਸਿਕੰਦਰ ਜੀ, ਮਹਾਰਾਜ ਦੀ ਬਾਣੀ ਆਪਾਂ ਨੂੰ ਹਰ ਪਲ 'ਤੇ ਸੇਧ ਬਖਸ਼ਦੀ ਹੈ, ਆਪਾਂ ਨੂੰ ਸਮਤ ਬਖਸ਼ਦੀ ਹੈ, ਪਰ ਮਹਾਰਾਜ ਕਿਰਪਾ ਕਰਨ ਸਾਨੂੰ ਸਮਝ ਆਉਣੀ ਸ਼ੁਰੂ ਹੋ ਜਾਵੇ। ਸਮਝ ਆਦੇ ਅਰਗੇ ਨੂੰ ਘੱਟ ਆਉਂਦੀ ਹੈ, ਕਿਉਂਕਿ ਅਸੀਂ ਕੰਨ ਸਾਡੇ ਪੈਂਦੀ ਹੈ, ਉੱਥੇ ਸਾਨੂੰ ਦੂਜੇ ਕੰਨ 'ਚੋਂ ਨਿਕਲ ਜਾਂਦੀ ਹੈ। ਜੇ ਮਹਾਰਾਜ ਨੇ ਫਰਮਾਨ ਜੋ ਵੀ ਕੀਤਾ ਹੈ, ਉਹਦੇ 'ਚ ਦੇਰ ਇਜ਼ ਅ ਮੀਨਿੰਗ ਟੂ ਇਟ, ਆਫ ਕੋਰਸ ਵੀ ਨੀਡ ਟੂ ਅੰਡਰਸਟੈਂਡ ਦੈਟ ਮੀਨਿੰਗ। ਕਿਉਂ ਮਹਾਰਾਜ ਨੇ ਸਾਨੂੰ ਕਿਹਾ ਸੇਵਾ ਕਰੋ, ਕਿਉਂ ਕਿਹਾ ਗੁਰੂ ਘਰ ਜਾਓ, ਕਿਉਂ ਕਿਹਾ ਤਨ ਮਨ ਧਨ ਨਾਲ ਸੇਵਾ, ਦੇਰ ਇਜ਼ ਅ ਰੀਜ਼ਨ। ਮਨ ਨੀਵਾਂ ਮਤ ਉੱਚੀ, ਆਪਣਾ ਮਨ ਨੀਵਾਂ। ਅੱਜ ਸਾਰੀ ਦੁਨੀਆ ਦੇਖਦੀ ਵੀ ਸਿੱਖ ਧਰਮ ਦੇ ਵਿੱਚ ਲੰਗਰ ਵਿੱਚ ਸਾਰੇ ਇੱਕ ਜਗ੍ਹਾ ਬੈਠ ਕੇ ਲੰਗਰ ਛਕਦੇ ਹਨ, ਅਮੀਰ ਵੀ ਗਰੀਬ ਵੀ ਸੇਵਾ ਕਰਦਾ ਹੈ, ਇਹ ਮਹਾਰਾਜ ਦੀ ਦੇਣ ਹੈ। ਬਟ ਭਾਗੇ ਆ ਕਿ ਸਾਡਾ ਵਿਰਸਾ, ਸਾਡੀ ਦੇਣ ਗੁਰੂ ਮਹਾਰਾਜ ਨੇ ਇੰਨੀ ਉੱਚੀ ਬਖਸ਼ੀ ਹੈ ਕਿ ਅਸੀਂ ਵੀ ਇਸ ਮਾਰਗ 'ਤੇ ਚੱਲੀਏ ਜੋ ਮਹਾਰਾਜ ਨੇ ਸਾਨੂੰ ਦਰਸਾਇਆ ਹੈ। ਅਤੇ ਅੱਜ ਮਹਾਰਾਜ ਦੇ 550 ਸਾਲਾਂ ਦਾ ਅਸੀਂ ਸ਼ਤਾਬਦੀ ਦੀ ਗੱਲ ਕਰਦੇ ਹਾਂ, ਆਪਣੇ ਜੀਵਨ ਵਿੱਚ ਥੋੜ੍ਹੀ ਥੋੜ੍ਹੀ ਅਸੀਂ ਸੇਧ ਲਈਏ, ਕਿਰਪਾ ਕਰਨ ਮਹਾਰਾਜ ਨਹੀਂ ਹੁੰਦੇ ਸਭ। ਆਪ ਜੀ ਕੀ ਕਾਰਨ ਚਾਹੋਗੇ? ਇਹ ਇੱਦਾਂ ਆ ਵੀ ਜਿਹੜਾ ਬਾਣੀ ਜਿਹੜੀ ਆ, ਮਹਾਰਾਜ ਨੇ ਬਾਣੀ ਨੂੰ ਪ੍ਰਭੂ ਦਾ ਦਰਜਾ ਦਿੱਤਾ ਜੀ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਸਜੀਵੜ ਅਵੜ ਨਾ ਕੋਈ। ਮਹਾਰਾਜ ਵੀ ਆਪ ਵੀ ਕਹਿੰਦੇ ਆ, ਮੈਂ ਕਿਹਾ ਸਭ ਹੁਕਮ ਆਓ ਜੀਓ, ਜੋ ਪ੍ਰਭੂ ਦਾ ਹੁਕਮ ਆਇਆ ਜਿੱਦਾਂ ਹੋਇਆ ਉਹ ਹੀ, ਜਾਣੀ ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਅਤੇ ਨਿਰੰਕਾਰ ਪ੍ਰਭੂ ਦੇ ਵਿੱਚ ਕੋਈ ਫਰਕ ਨਹੀਂ, ਇਸ ਕਰਕੇ ਬਹੁਤ ਜ਼ਰੂਰੀ ਅਸੀਂ ਬਾਣੀ ਦੇ ਨਾਲ ਜੁੜੀਏ, ਬਾਣੀ ਦੇ ਨਾਲ ਪੰਜਾਬੀ ਦੇ ਨਾਲ ਜੁੜਾਂਗੇ ਤਾਂ ਬਾਣੀ ਪੜ੍ਹ ਸਕਾਂਗੇ, ਠੀਕ ਹੈ। ਇਹ ਬਹੁਤ ਜ਼ਰੂਰੀ ਹੈਗਾ। ਅਤੇ ਬਾਣੀ ਹੁਣ ਦੇਖਿਆ ਜੇ ਪੁਰਾਤਨ ਗੁਰਸਿੱਖ ਇਸੇ ਤਰ੍ਹਾਂ, ਕਿਉਂਕਿ ਉਹ ਕਹਿੰਦੇ ਸੀ ਬਾਣੀ ਕੰਠ ਅਤੇ ਪੈਸੇ ਗੰਠ, ਉਦੋਂ ਬੈਂਕ ਕੱਟੇ ਹੁੰਦੇ ਸੀ ਕਿ ਜਿਹੜੇ ਕਿ ਤੁਹਾਡੇ ਗੱਠ 'ਚ ਪੈਸੇ ਆ ਉਹੀ ਪੈਸੇ ਆ, ਅਤੇ ਜਿਹੜੀ ਬਾਣੀ ਤੁਹਾਨੂੰ ਯਾਦ ਵਾ। ਹੁਣ ਤੁਸੀਂ ਕਿਤੇ ਜਾ ਰਹੇ ਹੋ, ਉਸ ਵੇਲੇ ਤਾਂ ਘੁੱਟ ਕੇ ਵੀ ਇੰਨਾ ਨਹੀਂ ਸੀ, ਭਾਈ ਪਹਿਲਾਂ ਬਹੁਤ ਸੇਵਾ ਕੀਤੀ, ਤਾਂ ਉਹ ਕਹਿੰਦੇ ਜਿਹੜੀ ਬਾਣੀ ਤੁਹਾਨੂੰ ਯਾਦ ਆ। ਇਸੇ ਕਰਕੇ ਪੁਰਾਣੇ ਬਜ਼ੁਰਗ ਉਹ ਬਾਣੀ ਇੰਨੀ ਮੂੰਹ ਜ਼ਬਾਨੀ ਯਾਦ ਕੀਤੀ ਹੁੰਦੀ ਸੀ ਉਹਨਾਂ ਨੇ, ਤਾਂ ਬਾਣੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਜਿੱਦਾਂ ਕਿ ਸਹਿਜ ਪਾਠ ਕਰਨਾ ਨਾ, ਜੇ ਕੋਈ ਸਿੱਖ ਪਰਿਵਾਰ 'ਚ ਹੋ ਕੇ ਪਾਠ ਨਹੀਂ ਕਰ ਸਕਿਆ ਤਾਂ ਦੇਖਿਆ ਜਾਵੇ ਤਾਂ ਉਹਦੀ ਕਮਜ਼ੋਰੀ ਆ, ਤਾਂ ਉਹਦੀ ਥੋੜ੍ਹੀ ਜਿਹੀ ਮਾੜੇ ਭਾਗ ਵਾ। ਇਹ ਬਹੁਤ ਜ਼ਰੂਰੀ, ਅਸੀਂ ਮਹਾਰਾਜ ਥੋੜ੍ਹਾ ਥੋੜ੍ਹੇ, ਜੇ 4 ਅੰਕ ਨਹੀਂ ਕਰ ਸਕਦਾ 1 ਅੰਕ ਕਰ ਲਓ ਜੀ, ਕੋਸ਼ਿਸ਼ ਕਰੋ। ਜੇ ਮਹਾਰਾਜ ਨੂੰ ਬੇਨਤੀ ਕਰਕੇ ਕਰੋ ਨਾ, ਮਹਾਰਾਜ ਆਪ ਸਹਾਇਤਾ ਕਰਵਾ ਲੈਂਦੇ ਆ। ਅਸੀਂ ਕਈਓ ਜਾਣਦੇ ਜਿਹੜੇ ਮਹੀਨੇ ਦੇ ਵਿੱਚ ਪਾਠ ਦਾ, ਸਹਿਜ ਪਾਠ ਦਾ ਭੋਗ ਪਾ ਲੈਂਦੇ ਆ। ਇੱਕ ਮੇਰੇ ਤੋਂ ਕਾਫੀ ਸਮਾਂ ਪਹਿਲਾਂ ਆ ਇੱਕ ਬੀਬੀ ਸੀ, ਉਹ ਹਫ਼ਤੇ 'ਚ ਇੱਕ ਵਾਰ ਪਾਠ ਦਾ ਭੋਗ ਪਾ ਲੈਂਦੇ, ਸਹਿਜ ਪਾਠ ਇੰਨੀ ਬਾਣੀ ਸਰਲ ਸੀ, ਇੰਨੀ ਬਾਣੀ ਤੇਜ਼ ਸੀ, ਇੰਨੀ ਹਫ਼ਤੇ ਵਿੱਚ। ਜਦੋਂ ਤੁਸੀਂ ਪੜ੍ਹਦੇ ਆ ਤੁਹਾਡੀ ਲਿਵ ਲੱਗਦੀ ਆ, ਫਿਰ ਤੁਸੀਂ ਕਹਿੰਦੇ ਹੋ ਨਾ ਨਹੀਂ ਚੱਲ 4 ਅੰਗ ਹੋਰ ਸਹੀ, 2 ਅੰਗ ਹੋਰ ਸਹੀ, ਫਿਰ ਉਹ ਤੁਸੀਂ 4 ਤਾਂ ਨਹੀਂ, 8 ਹੈ 4 ਅੰਗ ਤਾਂ ਸਾਥੇ ਬਹੁਤ ਹੀ ਟਾਈਮ ਹੋ ਗਿਆ। ਚੱਲ ਕੋਈ ਨਹੀਂ, ਆਈ ਮੋਰ ਦੈਨ ਅ ਥਰਡ ਆਫ ਦ ਵੇ ਥਰੂ ਐਂਡ ਵੀ ਆਰ ਓਨਲੀ ਜਸਟ ਇਨਟੂ ਫੈਬਰੂਅਰੀ। ਸੋ ਜਦੋਂ ਆਪਾਂ ਸ਼ੁਰੂ ਕਰ ਲੈਂਦੇ ਹਾਂ, ਕਈ ਵਾਰੀ ਕਿਸੇ ਦੀ ਗੱਲ ਕਹਿਣ ਦੀ ਹੁੰਦੀ ਆ। ਹੁਣ ਇਹਨਾਂ ਗਿਆਨੀ ਭਿੰਦਰਪਾਲ ਸਿੰਘ ਜੀ ਨੇ ਕਹਿ ਤਾ, ਅਸੀਂ ਸਾਡੇ ਕੰਨੀ ਪੈ ਗਈ, ਅਸੀਂ ਸੁਣ ਲਈ, ਅਸੀਂ ਸ਼ੁਰੂ ਕਰ ਦਿੱਤਾ। ਪਰ ਤਾਂ ਨਹੀਂ ਹੋਰ ਕਿੰਨਿਆਂ ਦੀ ਕਿਸਮਤ ਖੁੱਲੀ ਹੋਣੀ ਆ, ਕਿੰਨਿਆਂ ਨੇ ਇਹ ਉਪਰਾਲਾ ਕੀਤਾ ਹੋਣਾ, ਬਖਸ਼ਿਸ਼ ਕਰਦੇ, ਸਮਝ ਵੀ ਤਾਂ ਹੀ ਆਉਂਦੀ ਆ ਬਿਲਕੁਲ ਜਦੋਂ ਬਾਣੀ ਪੜਾਂਗੇ ਨਾ, ਹੌਲੀ ਹੌਲੀ ਤਾਂ ਮਹਾਰਾਜ ਤਾਂ ਆਹ ਕਹਿ ਰਹੇ ਆ ਜੀ ਜੀ। ਕਈ ਵਾਰੀ ਆਪਾਂ ਇੱਕ ਸ਼ਬਦ ਲੈਂਦੇ ਨਾ, ਅਸੀਂ ਹੁਣ ਕੀਰਤਨ ਸਿੱਖੀ ਦਾ ਆ, ਅਸੀਂ ਸ਼ਬਦ ਪੜ੍ਹ ਲੈਂਦੇ ਹਾਂ, ਟ੍ਰਾਂਸਲੇਸ਼ਨ ਵੀ ਦੇਖ ਲੈਂਦੇ ਹਾਂ, ਅੱਛਾ ਮਹਾਰਾਜ ਕਹਿ ਰਹੇ, ਉਹ ਫਿਰ ਉਸ ਸ਼ਬਦ ਪੜ੍ਹੋ ਹੈ ਨਾ ਅਤੇ ਕੁਛ ਹੋਰ ਮਿਲਦਾ ਹੈ, ਫਿਰ ਉਸ ਸ਼ਬਦ ਨੂੰ ਪੜ੍ਹੋ ਵਿੱਚੋਂ ਕੁਛ ਹੋਰ ਮਿਲਦਾ ਹੈ, ਅਤੇ ਉਹ ਇਟਸ ਲਾਈਕ ਇਟਸ ਅ ਪਜ਼ਲ।
ਹੈ ਨਾ ਉਹ ਜਿੰਨਾ ਵੀ ਆਪਾਂ ਪੜਾਂਗੇ ਆਪਾਂ ਨੂੰ ਕੁਛ ਨਾ ਕੁਛ ਮਿਲ ਹੀ ਜਾਣਾ ਮਿਲ ਹੀ ਜਾਣਾ ਮਾਰ ਕੇ ਸਾਹਿਬ ਮੇਰਾ ਨੀਤਨਾਮਾ ਉਹ ਹੀ ਬਣ ਤਦੀ ਨਿਤਨੇਮ ਰੋਜ਼ ਕਰਨਾ ਉਹ ਕਈ ਵਾਰ ਤੁਹਾਡੀ ਕਿਸੇ ਤੁਕ ਤੇ ਤੁਹਾਡੀ ਗੱਲ ਤੇ ਹੈ ਮਹਾਰਾਜ ਮੈਨੂੰ ਲੱਗਦਾ ਮਹਾਰਾਜ ਤਾਂ ਆ ਕਹਿੰਦੇ ਹਾਂ ਮੇਰੇ ਆਪਣਾ ਸਮਾਂ ਵੀ ਹੋ ਚੱਲਿਆ ਹੈ ਅੰਤ ਵਿੱਚ ਆਪ ਜੀ ਕੀ ਕਹਿਣਾ ਚਾਹੋਗੇ ਆਪਾਂ ਸਮਾਪਤ ਚਲੇ ਜਾਣਾ ਬਹੁਤ ਬਹੁਤ ਧੰਨਵਾਦ ਆਪ ਜੀ ਦੋਹਾਂ ਦਾ ਕਾਰ ਸੇਵਾ ਬਾਰੇ ਆਪ ਜੀ ਫਿਰ ਕੁਛ ਕਹਿਣਾ ਚਾਹੋਗੇ ਇੱਕ ਮਿੰਟ ਲਈ ਤੇ ਫਿਰ ਆਪਾਂ ਸਮਾਪਤ ਚਲੇ ਚੱਲੀਏ Car Seva, it's an opportunity for all of us. Be an opportunist is what I always say. It doesn't matter whether the sum is large or small, but get into the habit of doing Seva. Seva is one of those things, I mean, lottery ticket people will understand. They go into the habit of buying a lottery ticket every week. No guarantees they're going to win, but it becomes a form of habit. When we do Seva, we're guaranteed that Guru Maharaj will actually accept our seva. We'll bank it here and we will bear fruition both here and in the next world hereafter. It'll be there and waiting for us. So seva isn't a gamble, it's a guarantee. Get into the habit of seva. And this particular seva, Guru Nanak Dev Ji Maharaj's Gurpurb, it's a huge opportunity for 21st century Sikhs. Doesn't matter where in the world we are, how old or young, whether we understand Gurbani or not, but I always say if you've got Singh or Kaur in your name, this seva's for you. So let's get together, step up and give something back. ਸੁਰਿੰਦਰ ਕੌਰ ਨੇ ਪਹਿਲਾਂ ਸ਼ਬਦ ਕਿਹਾ ਸੀ ਹੈ ਨਾ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕਹੋ ਨਾਨਕ ਬਾਂਹ ਲਟਾਈਏ ਫਿਰ ਭਾਵੇਂ ਬੇਪਰਵਾਹ ਹੋ ਕੇ ਫਿਰ ਕੋਈ ਰੁਕਣੇ ਵਾਲਾ ਨਹੀਂ ਕਿਉਂਕਿ ਉੱਥੇ 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 ਥਾਂ ਮਿਲ ਜਾਣੀ ਹੈ ਆਪਾਂ ਮੂਲ ਮੰਤਰ ਦਾ ਪਾਠ ਉੱਥੇ ਸਭ ਕਰ ਲਈਏ ਫਿਰ ਅਕਾਲ ਮੂਰਤ ਅਜੂਨ ਸੇਵੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ